ਜੀ ਮੇਰੇ ਤਮਾਮ ਵੀਰ ਜਨਾਬ, ਕੈਸੇ ਹੋ? ਖਰੀਅਤ ਨਾਲੋਂ ਠੀਕ ਹੋ? ਔਰ ਮੀਂਹ ਦੇ ਖੈਰ ਖਰੀਅਤ ਨਾਲ ਹੀ ਹੋਵੋਗੇ। ਔਰ ਜਨਾਬ, ਅਸੀਂ ਬਿਸ਼ਾਰਤ ਚੌਧਰੀ, ਬਿਸ਼ਾਰਤ ਬਲੋ ਸਾਹਿਬ ਚੌਧਰੀ ਜ਼ਿਆਰਤ ਸਾਹਿਬ ਦੇ ਡੇਰੇ 'ਤੇ ਮੌਜੂਦ ਬਲੋ ਆਫ ਆਜ਼ਾਦ ਕਸ਼ਮੀਰ, ਅਤੇ ਬੜੇ ਹੀ ਅੱਛਾ ਸ਼ੌਕ ਸ਼ਿਕਾਰ ਇਹਨਾਂ ਦਾ, ਅੱਛੇ ਅੱਛੇ ਜਾਨਵਰ ਤੁਹਾਨੂੰ ਦਿਖਾ ਰਹੇ ਹਾਂ। ਅਤੇ ਜਿਹੜਾ ਜਾਨਵਰ ਹੁਣ ਦਿਖਾਉਣ ਲੱਗਿਆ ਉਹਦਾ ਨਾਂ ਜਨਾਬ ਸਿੰਬਾ, ਪਾਕਿਸਤਾਨ ਦਾ ਫੇਮਸ ਜਾਨਵਰ, ਚੈਂਪੀਅਨ ਕਹਿ ਸਕਦੇ ਹੋ ਜੀ, ਬੜੇ ਬੜੇ ਅੱਛੇ ਮੈਚ ਮਾਰੇ ਨੇ ਉਹਨੇ। ਅਤੇ ਉਸ ਹਵਾਲੇ ਨਾਲ ਰਾਏ ਅਰਸ਼ਦ ਸਾਹਿਬ ਥੋੜ੍ਹਾ ਜੀ ਸਾਨੂੰ ਤਫਸੀਲ ਦੱਸਦੇ ਨੇ, ਅਤੇ ਫਿਰ ਜਨਾਬ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੱਸੋ ਜੀ ਸਿੰਬੇ ਦੇ ਵਾਲੇ ਨਾਲ ਜਰਾ ਕੋ ਥੋੜਾ ਜਿਹਾ। ਸਿੰਬਾ ਜੀ ਤਰੇ ਮੈਚ ਲੜਿਆ, ਕਿੰਨੇ ਕਿੰਨੇ ਮਿੰਟ ਵਿਨ ਕੀਤਾ? ਇੱਕ 20 ਮਿੰਟ ਲੜ ਕੇ ਬਰਾਬਰ ਹੋਇਆ ਸੀ। ਸਹੀ ਹੈ। ਲਾਸਟ ਟਾਈਮ ਸਰਦਾਰ ਇਮਰਾਨ ਦੇ ਖਿਲਾਫ ਲੜਿਆ ਸੀ। ਅੱਛਾ। 13-14 ਮਿੰਟ ਹੀ ਵਿਨ ਹੋਇਆ ਸੀ। ਅੱਛਾ, ਹਾਂਜੀ, ਠੀਕ ਹੈ। ਤਫਸੀਲ ਤੁਸੀਂ ਵੇ ਸੁਣ ਲਈ ਜੀ। ਕੱਦ ਦਾ ਕਿੰਨਾ ਹੈ? ਕੱਦ 32.5। 32.5 ਹੈ। ਤੇ ਹੁਣ ਅੱਗੇ ਫਿਕਸ ਹੋਇਆ ਉਸ ਨੂੰ। ਅੱਗੇ ਕਿਹੜੇ ਜਾਨਵਰ ਨਾਲ ਫਿਕਸ ਹੈ? ਇਹ ਜੀ ਪੈਂਥਰ ਗਰੁੱਪ ਦੀ ਤਰਫੋਂ ਫਿਕਸ ਹੈ ਜੀ, ਚੌਧਰੀ ਰਿਆਜ਼ ਸਾਹਿਬ, ਚੌਧਰੀ ਪਰਵੇਜ਼ ਸਾਹਿਬ, ਅੱਲਾ ਦਿੱਤਾ ਨੰਬਰਦਾਰ ਸਾਹਿਬ ਦੀ ਤਰਫੋਂ। ਸਹੀ ਹੈ। ਫਵਾਦ ਗੁੱਜਰ ਸਾਹਿਬ ਦੇ ਖਿਲਾਫ ਫਿਕਸ ਹੋਇਆ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਦਾ ਜਾਨਵਰ ਕਿਹੜੇ ਨਾਲ ਫਿਕਸ ਹੈ? ਅਥਰੇ ਨਾਲ ਫਿਕਸ ਹੈ। ਅਥਰੇ ਨਾਲ ਫਿਕਸ ਹੈ ਜੀ। ਚੌਧਰੀ ਫਵਾਦ ਅਲੀ ਗੁੱਜਰ ਸਾਹਿਬ ਦਾ ਜਨਾਬ ਪਾਕ ਗੁੱਜਰ ਗਰੁੱਪ ਦਾ, ਇਹਨਾਂ ਦਾ ਮੈਚ ਹੈ। ਕਿਹੜੀ ਤਰੀਕ ਨੂੰ ਮੈਚ ਹੈ ਤੁਹਾਡਾ? ਪਹਿਲੇ ਦੀ 28 ਤਰੀਕ। ਪਹਿਲੇ ਦੀ 28 ਨੂੰ, ਤੇ ਉਹਦੇ ਵਿੱਚ ਜਨਾਬ ਇਹ ਅਥਰੇ ਨਾਲ ਫਿਕਸ ਹੈ। ਅਥਰਾ ਵੀ ਬੜਾ ਫੇਮਸ ਜਾਨਵਰ ਹੈ, ਬੜਾ ਅੱਛਾ ਜਾਨਵਰ ਹੈ, ਔਰ ਇਹ ਜਾਨਵਰ ਜਿਹੜਾ ਇਹ ਵੀ ਬੜਾ ਅੱਛਾ ਹੈ। ਇਸ ਵੀ 3 ਮੈਚ ਕਿੰਨੇ ਕਿੰਨੇ ਮਿੰਟ ਹਰ ਇੱਕ ਵਿੱਚ? 15-16 ਮਿੰਟ, 12 ਮਿੰਟ, 20 ਮਿੰਟ ਲੜ ਕੇ ਬਰਾਬਰ ਹੈ। 20 ਮਿੰਟ ਲੜ ਕੇ ਬਰਾਬਰ ਹੋਇਆ। ਤੇ ਆਓ ਜਨਾਬ, ਟਾਈਮ ਵੇਸਟ ਨਹੀਂ ਕਰਦੇ, ਤੇ ਚੈਨਲ ਨੂੰ ਦਬਾ ਦਿਆ ਕਰੋ, ਕੰਟੀਨਿਊ ਵੀ, ਔਰ ਸਬਸਕ੍ਰਾਈਬ ਵੀ ਕਰਿਆ ਕਰੋ। ਅਗਰ ਤੁਸੀਂ ਅੱਛੀਆਂ ਵੀਡੀਓ ਦੇਖਣੀਆਂ ਨੇ ਇਸ ਚੈਨਲ ਤੇ, ਖੁਦ ਬਹੁਤ ਆਉਣੀਆਂ ਰਹਿਣਗੀਆਂ। ਤੇ ਆਓ ਜਨਾਬ, ਵੀਡੀਓ ਨੂੰ ਸ਼ੁਰੂ ਕਰਨੇ ਆ। ਸਿੰਬਾ ਕੁੱਤਾ ਦਿਖਾਉਂਦੇ ਆ, ਪਾਕਿਸਤਾਨ ਦਾ ਚੈਂਪੀਅਨ ਜਾਨਵਰ। ਇਹ ਰਾਏ ਅਰਸ਼ਦ ਸਾਹਿਬ ਹੈ ਜਨਾਬ, ਫਿਜ਼ਾਨ ਸਾਹਿਬ, ਫਿਜ਼ਾਨ ਅਫੀਸ਼ਲ ਯੂਟਿਊਬ ਚੈਨਲ ਇਹਨਾਂ ਦਾ। ਸ਼ੌਕ ਸ਼ਿਕਾਰ ਦਿਖਾਉਂਦੇ ਨੇ, ਬੜੇ ਅੱਛੇ ਜਾਨਵਰ। ਵਾਹ ਬਈ ਵਾਹ, ਤੱਕਦਾ ਬੜੇ ਗੁੱਸੇ ਨਾਲ, ਸਾਫ ਨਾਲ। ਕੜਵਾ ਇਹ ਤਕਰੀਬਨ ਜਿਹੜੀ ਇਸ ਦੀ ਬਰੀਡ ਹੈ, ਇਸ ਦੇ ਨਸਲ, ਇਸ ਦੇ ਭਰਾ, ਅੱਛਾ, ਅੱਗੇ ਪੁੱਤਰ, ਪਤਰੀਏ, ਸਾਰੇ ਹੀ ਇਸੇ ਤਰ੍ਹਾਂ। ਅੱਛਾ, ਘੋੜੇ ਨੇ ਪੂਰੀ ਨਸਲ ਹੀ ਜਿਹੜੀ ਹੈ ਨਾ। ਇਹ ਕਿਹੜੇ ਏਰੀਏ ਤੋਂ ਆਇਆ ਸੀ ਜੀ? ਪੰਜਾਬ ਤੋਂ ਆਇਆ ਸੀ। ਮੋਮਨ ਸਰਗੋਧੇ ਤੋਂ। ਅੱਛਾ ਅੱਛਾ, ਕੋਟ ਮੋਮਨ ਸਰਗੋਧੇ ਤੋਂ ਆਇਆ ਸੀ ਜੀ। ਤੇ ਬੜਾ ਅੱਛਾ ਜਾਨਵਰ ਜੀ, ਮੂੰਹ ਨੇ ਦੇਖਣਾ ਨੇਰਾ ਨਹੀਂ ਹੈ। ਨਹੀਂ, ਠੀਕ ਹੈ। ਓ ਆ ਜੀ ਵਾਹ, ਸਿੰਬਾ ਜਾਨਵਰ ਜੀ, ਪਾਕਿਸਤਾਨ ਦਾ ਫੇਮਸ ਜਾਨਵਰ, ਸ਼ਿਕਾਰੀ ਭਰਾ ਜਿਹੜੇ ਸਾਡੇ ਪਾਕਿਸਤਾਨ ਨੇ ਜਾਂ ਜਿਹੜੇ ਇੰਡੀਆ 'ਚ ਨੇ, ਜਿਹੜੇ ਸ਼ੌਕ ਸ਼ਿਕਾਰ ਨੂੰ ਜਾਣਦੇ ਨੇ। ਸਿੰਬੇ ਨੂੰ ਜ਼ਰੂਰ ਹੀ ਜਾਣਦੇ ਹੋਣਗੇ। ਅਬਦੁੱਲਾ ਕਲੇ, ਸਿੰਬਾ ਬੜਾ ਕਮਾਲ ਦਾ ਜਾਨਵਰ। ਸਰ, ਤੁਹਾਡਾ ਪੂਰਾ ਨਾਂ ਕੀ ਹੈ? ਇਹ ਭਾਈ ਰਸ਼ੀਦ ਹੈ ਜੀ, ਭਾਈ ਸਾਹਿਬ ਦੇ ਕਜ਼ਨ। ਕਜ਼ਨ ਨੇ ਚੌਧਰੀ ਸਾਹਿਬ ਦੇ ਜੀ, ਭਾਈ ਰਸ਼ੀਦ ਸਾਹਿਬ। ਜਨਾਬ, ਇਹ ਸਿੰਬਾ ਇਹਨਾਂ ਦੀ ਕਾਬੂ ਆਉਂਦਾ, ਕਿਉਂਕਿ ਕੌੜਾ ਬੜਾ, ਇਹ ਹੋਰ ਇਹਨੂੰ ਕਾਬੂ ਵੀ ਕੋਈ ਨਹੀਂ ਕਰ ਸਕਦਾ। ਕਮਾਲ ਜਾਨਵਰ ਹੈ। ਵਾਹ ਬਈ ਵਾਹ, ਕਲਾਸ ਜਾਨਵਰ ਜੀ, ਪਾਕਿਸਤਾਨ ਦੇ ਅੱਛੇ ਜਿਹੜੇ ਬੁਲੀ ਡਾਗ ਨੇ ਜਨਾਬ, ਉਹਨਾਂ 'ਚ ਸ਼ੁਮਾਰ ਹੁੰਦਾ ਉਸਦਾ। ਵਾਹ ਵਾਹ ਬਈ ਵਾਹ, ਥੋੜਾ ਇੰਜ ਕਰੋ, ਹਾਇਆ ਤੇ ਧੋਪੀਏ ਥੋੜਾ, ਰੋਸ਼ਨੀ ਚ ਰੋਸ਼ਨੀ ਦਾ ਜ਼ਰਾ ਹੋਰ ਹੁੰਦਾ ਦਿਖਾ। ਕਮਾਲ ਹੈ।
ਬਸ ਓਏ ਬਸ ਓਏ ਬਸ ਓਏ ਲੈ ਜੀ ਸਿੰਬਾ ਕਿਹੜਾ ਲੱਗਿਆ ਤੁਹਾਨੂੰ ਦੱਸਿਆ ਜੀ ਜ਼ਰੂਰ ਕਮੈਂਟਸ ਕਰਕੇ ਜੀ ਸ਼ਿਕਾਰੀ ਭਰਾਵੋ ਇਹਦਾ ਰਾਤ ਧੁੱਪੇ ਖਿਲਾ ਰੋ ਇੱਕ ਸੈਕਿੰਡ ਕੁਛ ਇੱਥੇ ਇੱਥੇ ਉੱਥੇ ਜ਼ਰਾ ਕੋਈ ਤਸਵੀਰ ਜਿਹੜੀ ਹੈ ਜ਼ਰਾ ਕੋਈ ਛਾਂ ਦਾ ਜਿਹੜਾ ਨਾ ਸਾਇਆ ਆ ਜਾਂਦਾ ਅੱਛਾ ਵਾਹ ਬਾਈ ਵਾਹ ਥਾਮੇ ਲਾਸੇ ਜ਼ਰਾ ਕੋਈ ਛਾਂ ਵਿੱਚ ਜ਼ਰਾ ਫਿਰ ਉਹ ਮਜ਼ਾ ਤਾਂ ਨਹੀਂ ਹੁੰਦਾ ਨਾ ਗਰਮੀ ਬੜੀ ਹੈ ਜੀ ਇਸ ਵਾਸਤੇ ਜਿਹੜਾ ਨਾ ਜਾਨਵਰ ਨੂੰ ਨਾ ਧੁੱਪੇ ਅਸੀਂ ਖਿਲਾ ਰਿਹਾ ਤੇ ਅੱਜ ਇਹ ਗਰਮੀ ਹੈ ਕਿ ਬੰਦਾ ਇੱਕ ਮਿੰਟ ਵੀ ਨਹੀਂ ਖਲੋ ਸਕਦਾ ਇੰਨੀ ਗਰਮੀ ਵਿੱਚ ਵਾਹ ਕਮਾਲ ਹੈ ਬਈ ਇੱਥੇ ਜਿਵੇਂ ਖੜਾ ਸੀ ਨਾ ਇਹ ਬੜੇ ਫਿੱਟ ਖੜਾ ਸੀ ਬਹੁਤ ਹੀ ਅੱਛਾ ਜਾਨਵਰ ਜੀ ਇਹਦੀਆਂ ਤੱਪਣੀਆਂ ਕਿੰਨੀਆਂ ਕੁ ਹੋਈਆਂ ਮੈਂ ਤੇ ਚਲੋ ਤਰੇ ਲੜੇ ਆ ਤੁਹਾਡੇ ਕੋਲ ਤੱਪਣੀਆਂ ਕਿੰਨੀਆਂ ਕਰਾਈਆਂ ਬੇਸ਼ੁਮਾਰ ਕਰਾਈਆਂ ਨੇ ਕੋਈ 12 14 15 ਕੋਈ ਹੋਈ ਤਕਰੀਬਨ 15 16 ਤੱਪਣੀਆਂ ਸੀ ਕਰਾਈਆਂ ਅੱਛਾ ਲਓ ਜੀ ਆ ਸਾਡੀ ਛੋਟੀ ਜੀ ਵੀਡੀਓ ਸੀ ਜਨਾਬ ਤੇ ਅਗਲੀ ਵੀਡੀਓ ਨਾਲ ਫੇਰ ਆਦਰ ਹੋਵਾਂਗੇ ਜੀ ਤੇ ਅੱਲਾ ਹਾਫਿਜ਼ ਜੀ ਰਿਸ਼ੀ ਸਾਹਿਬ ਅਸੀਂ ਮੌਜੂਦ ਜਨਾਬ ਚੌਧਰੀ ਬਸ਼ਾਰਤ ਸਾਹਿਬ ਚੌਧਰੀ ਜ਼ਿਆਰਤ ਸਾਹਿਬ ਆਫ ਬਲੋ ਉਹਨਾਂ ਦੇ ਡੇਰੇ ਤੇ ਮੌਜੂਦ ਆ ਸਟੈਪ ਵਾਈਜ਼ ਸਾਰੇ ਜਾਨਵਰ ਉਹਨਾਂ ਦਿਖਾ ਰਹੇ ਆ ਬੜੇ ਨਾਯਾਬ ਕਿਸਮ ਦੇ ਜਾਨਵਰ ਨੇ ਬੜੀ ਬਲੱਡ ਲੈਣ ਵਾਲੇ ਜਾਨਵਰ ਨੇ ਅੱਛੇ ਜਾਨਵਰ ਮੈਚ ਲੜੇ ਭਿੜੇ ਚੈਂਪੀਅਨ ਡੌਗ ਤੇ ਜਿਹੜਾ ਹੁਣ ਜਾਨਵਰ ਦਿਖਾਉਣ ਲੱਗੇ ਆ ਉਹ ਰਾਇਰ ਸਾਹਿਬ ਉਹਦੀ ਤਫਸੀਲ ਥੋੜੀ ਦੱਸਦੇ ਨੇ ਫਿਰ ਤੁਹਾਨੂੰ ਜਾਨਵਰ ਦਿਖਾਉਂਦੇ ਆ ਇਹ ਦੱਸੋ ਜੀ ਕਿਹੜਾ ਜਾਨਵਰ ਦਿਖਾਉਂਦੇ ਆ ਜਾਨਵਰ ਵਿਖਾਉਂਦੇ ਆ ਜੀ ਸਿਲਵਰ ਅੱਛਾ ਦੋ ਮੈਚ ਵਿਨਰ ਹੈ ਠੀਕ ਹੈ ਸਿਲਵਰ ਜਾਨਵਰ ਹੈ ਜੀ ਦੋ ਮੈਚ ਵਿਨਰ ਹੈ ਕਿੰਨੇ ਕਿੰਨੇ ਮੈਚ ਲੜਿਆ ਕਿਹੜੇ ਕਿਹੜੇ ਗਰੁੱਪ ਨਾਲ ਕੋਈ ਯਾਦ ਹੋਵੇ ਤੇ ਇੱਕ ਮੈਚ ਲੜਿਆ ਸੀ ਰਾਣਾ ਨਸੀਰ ਸਾਹਿਬ ਦੇ ਤਰਫੋਂ ਅੱਛਾ ਤੇ ਇੱਕ ਮੈਚ ਲੜਿਆ ਸੀ ਸ਼ਹਿਨਸ਼ਾਹ ਦੇ ਖਿਲਾਫ ਸਹੀ ਹੈ ਤੇ ਕਿੰਨੇ ਕਿੰਨੇ ਮਿੰਟ ਲੜ ਕੇ ਵਿਨ ਹੋਇਆ ਇਹ ਤਕਰੀਬਨ 15-17 ਮਿੰਟ ਦੋਨੇ ਮੈਚ ਲੜਿਆ 15-17 ਮਿੰਟ ਤੇ ਇਹ ਕਿਹੜੀ ਨਸਲ ਚੋਂ ਹੈ ਇੱਕ ਪਰਚੇਸ ਕੀਤਾ ਸੀ ਜੀ ਅੱਛਾ ਜਿਹੜਾ ਆਲੇ ਤੋਂ ਅੱਛਾ ਤੇ ਇਹ ਕੋਈ ਦੱਸਦੇ ਸਨ ਕਿ ਚਨਿਓਟ ਵਾਲੀ ਸਾਈਡ ਦਾ ਜਾਨਵਰ ਹੈ ਉਸ ਦਾ ਬੱਚਾ ਅੱਛਾ ਅੱਛਾ ਮਤਲਬ ਅੱਛਾ ਜਾਨਵਰ ਹੈ ਨਾ ਅੱਛਾ ਜਾਨਵਰ ਹੈ ਅੱਛੀ ਲੜਾਈ ਤੇ ਇਹ ਜਾਨਵਰ ਜਨਾਬ ਤੁਹਾਨੂੰ ਦਿਖਾਉਣ ਲੱਗੇ ਆ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਟਨ ਜ਼ਰੂਰ ਦਬਾਇਆ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰਿਆ ਕਰੋ ਤਾਂ ਕਿ ਹਰ ਆਉਣ ਵਾਲੀ ਅੱਛੀ ਵੀਡੀਓ ਤੁਹਾਡੇ ਕੋਲ ਖੁਦ ਬਖੁਦ ਪਹੁੰਚਦੀ ਰਹੇ ਤੁਹਾਨੂੰ ਲੱਭਣੀ ਨਾ ਪਵੇ ਠੀਕ ਹੈ ਤਾਂ ਮਿਹਰਬਾਨੀ ਤੇ ਆਓ ਜਨਾਬ ਸ਼ੌਕ ਸ਼ਿਕਾਰ ਦਿਖਾਈਏ ਤੁਹਾਨੂੰ ਚਲੋ ਜੀ ਲਓ ਜੀ ਸਿਲਵਰ ਜਾਨਵਰ ਆ ਗਿਆ ਜਨਾਬ ਚੌਧਰੀ ਬਿਸ਼ਾਰਤ ਸਾਹਿਬ ਚੌਧਰੀ ਜ਼ਿਆਰਤ ਸਾਹਿਬ ਬਸ ਰਾਇਰ ਸ਼ਰਫਾ ਨੇ ਬੜਿਆ ਇਹ ਜਰਾ ਥੋੜਾ ਜਿਹਾ ਡੇਂਜਰਸ ਹੈ ਜੀ ਖਤਰਨਾਕ ਹੈ ਬਸ ਤੇ ਇਹਦੀ ਹਾਈਟ ਕਿੰਨੀ ਹੈ ਹੋਣੀ ਹੈ 31 ਇੰਚ ਜੀ 31 ਹੈ ਹਾਂਜੀ ਮੈਂ ਕਰ ਲੈਣਾ ਮੈਂ ਬਸ 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 ਕੋੜਾ ਨਾ ਮਾਰੋ ਨਾ ਮਾਰੋ ਬਸ ਕਮਾਲ ਦਾ ਜਾਨਵਰ ਹੈ ਜੀ ਕੋੜਾ ਕੋੜਾ ਹੈ ਬਸ ਦੋ ਮੈਚ ਵਿੰਨੇ 16-16, 17-17 ਮਿੰਟ ਲੜ ਗਿਆ ਹਾਂਜੀ 16-17 ਵਾਹ ਜੀ ਵਾਹ ਜਾਨਵਰ ਤੁਹਾਨੂੰ ਬਸ ਬਸ ਕਮੈਂਟ ਜ਼ਰੂਰ ਦਿਓ ਜੀ
ਬਸ ਠੀਕ ਹੈ ਇਧਰ ਮੇਰੇ ਨੂੰ ਦੇਖਿਆ ਜੀ ਬਸ ਕੋਈ ਤਾਂ ਚੰਗੀ ਨਿਕਲੇ ਗੱਲ ਬਸ ਵਾਹ ਬਾਈ ਵਾਹ ਸਿਲਵਰ ਨਾ ਜੀ ਤੇ ਥੋੜਾ ਜਿਹਾ ਕੌੜਾ ਕਦੇ ਨੇੜੇ ਨਹੀਂ ਹੋਣਾ ਇਹ ਦੂਰੋਂ ਹੀ ਜ਼ੂਮ ਕਰਨਾ ਬਸ ਕਮਾਲ ਦਾ ਜਾਨਵਰ ਹੈ ਜੀ ਸਿਰਫ ਤੁਹਾਡੇ ਹੱਥ ਪਏ ਆ ਜਾਨਵਰ ਦੀਆਂ ਬੰਤਰਾਂ ਚੈੱਕ ਕਰੋ ਜ਼ਰੂਰ ਅਸੀਂ ਇੱਕ ਮੀਲ ਦੂਰ ਖੜੇ ਆ ਬਸ ਖੂਬਸੂਰਤੀ ਚੈੱਕ ਕਰੋ ਜਾਨਵਰ ਜੀ ਗਰਾਉਂਡ ਜਨਾਬ ਤੁਹਾਨੂੰ ਡੇਰਾ ਨਜ਼ਰ ਆ ਰਿਹਾ ਬਾਕੀ ਪਿੰਜਰੇ ਨਜ਼ਰ ਆ ਰਹੇ ਨੇ ਤੇ ਇਹ ਕੌੜਾ ਜਾਨਵਰ ਜ਼ਿਆਦਾ ਦੇਰ ਇਹ ਖਲੋ ਵੀ ਨਹੀਂ ਸਕਦਾ ਜਾਨਵਰ ਪਸੰਦ ਆਵੇ ਜਨਾਬ ਕਮੈਂਟ ਜ਼ਰੂਰ ਦਿਆ ਜੇ ਬਸ ਜਿਵੇਂ ਖੜਾ ਸੀ ਨਾ ਬੜਾ ਹਿਸਾਬ ਵਿੱਚ ਖੜਾ ਸੀ ਤੇ ਇਹਦਾ ਕੱਦ ਕਿੰਨਾ ਸਾਢੇ ਇਕੱਤੀ ਹੈ ਤਕਰੀਬਨ ਇਕੱਤੀਓ ਕੁਝ ਨਿਕਲਦਾ ਸਾਢੇ ਜ਼ਿਆਦਾ ਲੋ ਜੀ ਇਹ ਸਾਡੀ ਛੋਟੀ ਜਿਹੀ ਵੀਡੀਓ ਜਨਾਬ ਵੀਡੀਓ ਪਸੰਦ ਆਵੇ ਜਿਹੜੇ ਭਰਾ ਸਾਡੇ ਇੰਡੀਆ 'ਚ ਨੇ ਜਿਹੜੇ ਪਾਕਿਸਤਾਨ 'ਚ ਨੇ ਅਤੇ ਸ਼ੌਚਕਾਰ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਔਰ ਕਮੈਂਟ ਜ਼ਰੂਰ ਦਿਆ ਕਰੋ ਇੱਕ ਦੋ ਸੈਕਿੰਡ ਟਾਈਮ ਕੱਢ ਕੇ ਕੋਈ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਲਓ ਜੀ ਆਹ ਛੋਟੀ ਜਿਹੀ ਵੀਡੀਓ ਅਗਲੀ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਜੀ ਅੱਲਾ ਹਾਫਿਜ਼ ਜਾਨਵਰ ਕੌੜਾ ਲਿਆ ਜ਼ਿਆਦਾ ਟਾਈਮ ਨਹੀਂ ਲੈਂਦੇ ਅਸੀਂ ਇਹਦੀ ਗੇਮ ਕਿਹੜੀ ਹੈ ਗੇਮ ਉੱਤੇ ਜੀ ਜ਼ਿਆਦਾ ਕਰਦਾ ਸਿਰ ਦੀ ਲੜਾਈ ਸਿਰ ਦੀ ਹਾਂਜੀ ਸਿਰ ਦੀ ਸਿਰ ਦੀ ਗੇਮ ਕਰਦਾ ਜੀ ਵਾਹ ਕੀ ਬਾਤ ਹੈ ਐਂਡ ਕਰ ਦਿੱਤਾ ਜੀ ਸ਼ੌਕਸ਼ਕਾਰ ਦਾ ਜੀ ਚੌਧਰੀ ਬਿਸ਼ਾਰਤ ਸਾਹਿਬ ਬਸ ਆਫ ਬਲੋ ਜੀ ਪਾਕਿਸਤਾਨ ਦੇ ਮਾਇਆ ਨਾਸ਼ ਸ਼ਿਕਾਰੀ ਜੀ ਸ਼ੌਕਸ਼ਕਾਰ ਜਿੱਕ ਨਾ ਇਹਨਾਂ ਦਾ ਤੇ ਜਾਨਵਰ ਹੀ ਬੜਾ ਟਾਪ ਦਾ ਜੀ ਤੇ ਇਹ ਜਾਨਵਰ ਤੋਂ ਬਾਅਦ ਜਨਾਬ ਤੁਹਾਨੂੰ ਬੜਾ ਟਾਪ ਦਾ ਜਾਨਵਰ ਦਿਖਾਉਣ ਲੱਗੇ ਜਾਂ ਵੀਡੀਓ ਇਸ ਤੋਂ ਪਹਿਲੇ ਆ ਜਾਏਗੀ ਜਾਂ ਬਾਅਦ ਹੈਗੀ ਇਹ ਨਹੀਂ ਪਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਰ ਬਾਰ ਜਨਾਬ ਇਹ ਰਿਕੁਐਸਟ ਕਰੀ ਦੀ ਹੈ ਅਗਰ ਅੱਛੀਆਂ ਵੀਡੀਓ ਦੇਖਣੀਆਂ ਨੇ ਤਾਂ ਜੀ ਤਮਾਮ ਵਿਵਰ ਜਨਾਬ ਕੈਸੇ ਹੋ ਸ਼ੌਕ ਸ਼ਿਕਾਰ ਰੱਖਣ ਵਾਲੇ ਹੋ ਖਰੀਏ ਤੇ ਠੀਕ ਠਾਕ ਹੋ ਅਮੀਦ ਹੈ ਖੈਰ ਖਰੀਏ ਨਾਲ ਹੀ ਹੋਵੋਗੇ ਅਸੀਂ ਜਨਾਬ ਮੌਜੂਦ ਦੜਿਆਲ ਆਜ਼ਾਦ ਜੰਮੂ ਕਸ਼ਮੀਰ ਬਿਸ਼ਾਰਤ ਬਲੋ ਸਾਹਿਬ ਜ਼ਿਆਰਤ ਸਾਹਿਬ ਚੌਧਰੀ ਜ਼ਿਆਰਤ ਸਾਹਿਬ ਉਹਨਾਂ ਡੇਰੇ 'ਤੇ ਮੌਜੂਦ ਹਾਂ ਔਰ ਉਹਨਾਂ ਦੇ ਜਾਨਵਰ ਜਨਾਬ ਸਟੈਪ ਵਾਈਜ਼ ਤੁਹਾਨੂੰ ਸਾਰੇ ਦਿਖਾ ਰਹੇ ਹਾਂ ਤੇ ਹੁਣ ਜਾਨਵਰ ਸੀ ਤੁਹਾਨੂੰ ਦਿਖਾਉਣ ਲੱਗੇ ਉਸ ਜਾਨਵਰ ਦਾ ਕੀ ਨਾਂ ਹੈ ਜੀ ਉਸਦਾ ਨਾਂ ਹੈ ਜੀ ਬਬਲੀ ਬਬਲੀ ਇੱਕ ਮੈਚ ਵਿਨਰ ਹੈ ਇੱਕ ਮੈਚ ਵਿਨਰ ਹੈ ਜੀ ਬਬਲੀ ਬਬਲੀ ਬੜਾ ਫੇਮਸ ਜਾਨਵਰ ਰਿਹਾ ਉਸਦਾ ਬੱਚਾ ਤਾਂ ਨਹੀਂ ਬਬਲੀ ਦਾ ਪੁਰਾਣੇ ਬਬਲੀ ਦਾ ਬੱਚਾ ਨਹੀਂ ਹੈ ਇਹ ਬੱਚਾ ਚੌਧਰੀ ਅਫਤਾਬ ਸਾਹਿਬ ਹਨ ਸਹੀ ਹੈ ਸਰਗੋਧ ਦੇ ਤੋਂ ਉਹਨਾਂ ਦੇ ਕੁੱਤੇ ਦਾ ਬੱਚਾ ਸਹੀ ਹੈ ਬਾਲਮ ਦੀ ਧੀ ਦਾ ਬੱਚਾ ਬਾਲਮ ਦੀ ਧੀ ਦਾ ਬੱਚਾ ਜੀ ਬਲੱਡ ਲੈਣ ਤੋਂ ਹੀ ਸੁਣ ਰਹੇ ਹੋ ਆਮ ਕੁੱਤਾ ਨਹੀਂ ਇਹ ਸਾਰੇ ਟਾਪ ਕਲਾਸ ਕੁੱਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਦੀ ਮਾਂ ਜਿਹੜੀ ਹੈ ਉਹ ਵੀ ਹੁਣ ਇਸ ਟਾਈਮ ਬਾਊ ਸਾਹਿਬ ਕੋਲ ਬਾਬਾ ਅਮਜਦ ਭੱਟ ਸਾਹਿਬ ਕੋਲ ਲਾਹੌਰ ਤੇ ਬੜਾ ਅੱਛਾ ਜਾਨਵਰ ਜੀ ਰਾਏ ਅਰਸ਼ਦ ਸਾਹਿਬ ਮੇਰੇ ਸਾਡੇ ਨਾਲ ਨੇ ਜਨਾਬ ਸੀਨੀਅਰ ਸ਼ਿਕਾਰੀ ਤੇ ਫਿਜ਼ਾਨ ਬਾਈ ਨੇ ਇਹਨਾਂ ਦਾ ਵੀ ਚੈਨਲ ਹੈ ਜਨਾਬ ਯੂਟਿਊਬ ਚੈਨਲ ਫਿਜ਼ਾਨ ਅਫੀਸ਼ੀਅਲ ਦੇ ਨਾਂ ਤੇ ਸ਼ੌਕ ਸ਼ਿਕਾਰ ਦਿਖਾਉਂਦੇ ਨੇ ਉਸ ਚੈਨਲ ਨੂੰ ਵਿਜ਼ਿਟ ਕਰੋ ਬੜੇ ਅੱਛੇ ਜਾਨਵਰ ਅਪਲੋਡ ਕਰਦੇ ਨੇ ਤੇ ਆਓ ਜਨਾਬ ਤੁਹਾਨੂੰ ਸ਼ੌਕ ਸ਼ਿਕਾਰ ਦਿਖਾਉਂਦੇ ਹਾਂ
ਤੇ ਇਸ ਤੋਂ ਪਹਿਲੇ ਛੋਟੀ ਜਿਹੀ ਰਿਕੁਐਸਟ ਹੁੰਦੀ ਜਿਹੜੀ ਕਿ ਰੱਦ ਕੀਤੀ ਜਾਂਦੀ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤੁਹਾਡੀ ਬੜੀ ਮਿਹਰਬਾਨੀ, ਤੇ ਬੈਲ ਦੀ ਘੰਟੀ ਨੂੰ ਕਲਿੱਕ ਕਰਨਾ ਨਹੀਂ ਭੁੱਲਣਾ ਤਾਂ ਕਿ ਹਰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਦੀ ਸੂਰਤ 'ਚ ਤੁਹਾਡੇ ਕੋਲ ਪਹੁੰਚ ਰਵੇ। ਤੇ ਗੱਲਾਂ ਤਾਂ ਬੜੀਆਂ ਲੰਮੀਆਂ ਹੋ ਜਾਂਦੀਆਂ ਨੇ, ਮੈਂ ਨਾ ਜਾਨਵਰ ਰਖਾਈਏ, ਗੱਲਾਂ ਹੁੰਦੀਆਂ ਰਹਿਣਗੀਆਂ। ਆਓ ਜੀ, ਹੋ ਜਾਂਦਾ ਉਹ ਆ ਜੀ, ਨਾਂ ਕੀ ਦੱਸਿਆ ਜਿਹਦਾ? ਬਬਲੀ। ਹਾਂ ਬਬਲੀ, ਬਬਲੀ ਜੀ, ਬਬਲੀ। ਤਸਵੀਰ ਕੱਢ ਇੱਥੇ ਜਿਵੇਂ ਖੜਿਆ, ਹੁਣ ਤਸਵੀਰ ਕੱਢੀ, ਇੰਜ ਫਰੰਟ, ਇੰਜ ਇੰਜ, ਇੱਥੇ ਇੱਥੇ ਕੱਢ ਕੱਢ, ਬਸ ਕੱਢੀ ਗਈ, ਪੈਰਾਂ ਤੱਕ ਆਵੇ, ਬੈਕ ਬਣਾਉਂਦਾ ਬਣਨੀ, ਬਸ ਕਰ। ਲੈ ਜੀ, ਬਬਲੀ ਜੀ ਇੱਕ ਮੈਚ ਵਿਨਰ ਹੈ, ਔਰ ਜਿਹੜਾ ਮੈਚ ਵਿਨ ਕੀਤਾ ਉਹ ਕਿਹੜੇ ਗਰੁੱਪ ਦੇ ਖਿਲਾਫ? ਰਾਇਲ ਗਰੁੱਪ ਦੀ ਤਰਫੋਂ ਲੜਿਆ ਸੀ ਜੀ, ਚੱਟਾ ਸਾਹਿਬ ਦੇ ਖਿਲਾਫ। ਅੱਛਾ, ਅਕਬਰ ਸਾਡੇ ਮੇਰੇ ਸਮੇਂ ਲੋਕ ਇਲਾਕੇ ਸੀ। ਅੱਛਾ, ਬਸ ਬਸ, ਕਿੰਨੇ ਮਿੰਟ ਲੜਿਆ ਸੀ ਪਿਛਲੇ ਸੀਜ਼ਨ ਵਿੱਚ? 13-14 ਮਿੰਟ ਲੜਿਆ ਸੀ ਤੇ ਵਿਨ ਕਰ ਗਿਆ ਸੀ। ਕਿਹੜਾ ਕੁੱਤਾ ਮਾਰਿਆ ਸੀ ਤੁਸੀਂ? ਇਹ ਮੇਰਾ ਇੱਕ ਦੋਸਤ ਸੀ, ਬੜਾ ਪਿਆਰਾ ਜਿਹਾ ਜੀ। ਅੱਛਾ, ਅੰਦਾਜ਼ ਬਲੋਈ ਸਾਹਿਬ, ਉਹਨਾਂ ਕੋਲ ਕੁੱਤਾ ਆਂਦਾ ਹੋਇਆ ਸੀ। ਅੱਛਾ ਅੱਛਾ ਅੱਛਾ, ਬਸ ਵਾਹ ਬਈ ਵਾਹ, ਬਸ ਕਮਾਲ ਜਾਨਵਰ ਜੀ, ਬਸ ਕਰ, ਬਸ ਕਰ, ਕਮਾਲ ਹੈ। ਲਾਈਟ ਕਰ ਦੇ, ਲਾਈਟ ਕਰ। ਹਾਂਜੀ, ਹਨੇਰਾ ਜੀ, ਬਬਲੀ ਜਾਨਵਰ ਦਾ ਨਾਂ ਜਨਾਬ, ਬੜਾ ਆਊਟ ਕਲਾਸ ਜਾਨਵਰ ਜੀ, ਇੱਕ ਮੈਚ ਵਿਨਰ ਜੀ, 16-17 ਮਿੰਟ ਲੜਿਆ ਸੀ, 16-17 ਮਿੰਟ ਲੜ ਕੇ ਜੇ ਵਿਨ ਕੀਤਾ ਸੀ ਜਨਾਬ ਇਹਨੇ, ਕੀ ਬਾਤ ਹੈ ਜੀ, ਇਹ ਤੇ ਬੜਾ ਅਥਰਾ ਜਿਹਾ ਹੈ ਸਾ, ਮਤਲਬ ਕਿ ਖੇਡਦਾ ਖੇਡਦਾ ਬੜਾ ਜੀ, ਜਿੰਨਾ ਤੁਸੀਂ ਖਿਡਾਓਗੇ ਨਾ ਬੰਦਾ। ਬਸ ਜੀ, ਲੈਟ ਤੂੰ ਆਫ ਕੀਤੀ ਹੈ, ਵਾਹ ਬਈ ਵਾਹ। ਇਹ ਮੈਚ ਕਿੱਥੇ ਹੋਇਆ ਸੀ ਜਿਹੜਾ ਵਿਨ ਕੀਤਾ? ਅਕਬਰ ਉਕਾੜਾ, ਉਕਾੜਾ। ਹਾਂਜੀ, ਪਹਿਲਾ ਮੈਚ ਸੀ ਤਕਰੀਬਨ 22-23 ਮਹੀਨੇ ਉਮਰ ਸੀ ਇਸਦੀ ਜੀ। ਅੱਛਾ, 22-23 ਮਹੀਨੇ ਉਮਰ ਸੀ ਤਾਂ ਲੜਾ ਦਿੱਤਾ। ਵਾਹ, ਅਰਸ਼ਦ ਬਾਈ ਕਹਿ ਰਹੇ ਨੇ ਜੀ 22-23 ਮਹੀਨੇ ਦੀ ਉਮਰ ਸੀ ਤੇ ਇਹ ਲੜਾ ਦਿੱਤਾ ਗਿਆ ਸੀ, ਬਸ 2 ਸਾਲਾਂ ਨਹੀਂ ਸੀ ਹੋਇਆ? ਹਾਂ, ਨਹੀਂ ਹੋਇਆ ਸੀ ਜੀ। ਬਸ ਕਰ, ਤੇ ਤਪਣੀਆਂ ਕਿੰਨੀਆਂ ਕਰਾਈਆਂ ਜਿੰਨੀਆਂ? ਤਪਣੀਆਂ ਇਸ ਦੀਆਂ ਤਕਰੀਬਨ ਸਾਡੇ ਕੋਲ 4 ਤਪਣੀਆਂ ਹੋਈਆਂ ਸਨ। ਅੱਛਾ, ਬਾਕੀ 2 ਤਪਣੀਆਂ ਇਸ ਦੀਆਂ ਪਿੱਛੇ ਸਨ। ਸਹੀ ਹੈ। ਹਾਂਜੀ, ਕਿਹੜਿਆਂ ਕੁੱਤਿਆਂ ਚੋਂ ਦੱਸਿਆ ਅੱਗੇ ਵੀ ਤੁਸੀਂ ਦੱਸਿਆ? ਇੱਕ ਕੁੱਤਾ ਡੱਬੇ ਰੰਗ ਦਾ ਸੀ। ਅੱਛਾ, ਅਫਤਾਬ ਸਾਹਿਬ ਐਂਡ ਸਰਗੋਧੇ ਤੋਂ। ਹਾਂ, ਅਫਤਾਬ ਸਾਹਿਬ ਜਿਹਨਾਂ ਕੋਲ ਚਿੱਟਾ ਕੁੱਤਾ ਹੈ। ਬਿਲਕੁਲ ਜੀ, ਉਹਨਾਂ ਕੋਲ, ਉਹਨਾਂ ਦੇ ਕੁੱਤੇ ਦਾ ਬੱਚਾ ਤੇ ਬਾਲਨ ਦੀ ਧੀ ਦਾ ਬੱਚਾ। ਅਫਤਾਬ ਸਾਹਿਬ ਵਾਲਾ ਕੁੱਤਾ ਹਾਲਾ ਉਮਰ ਚ ਹੋ ਗਿਆ। ਹਾਂਜੀ, ਲੇਕਿਨ ਉਹ ਬੜਾ ਹੌਸਲੇ ਵਾਲਾ ਗਿਆ। ਇਹ ਉਸ ਤੋਂ ਪਹਿਲੇ ਕੁੱਤਾ ਸੀ, ਉਹ ਕੁੱਤਾ ਇਸ ਦਾ ਪਿਓ ਇੱਥੇ ਡਡਿਆਲ ਵੀ ਲੜਦਾ ਰਿਹਾ। ਹਾਂਜੀ, ਅੱਛਾ ਅੱਛਾ ਅੱਛਾ, ਸੁਣਾਓ ਸੁਹੇਬ ਗੁੱਜਰ ਦਾ ਕੀ ਹਾਲ ਹੈ? ਕੋਲ ਹੀ ਹੈ ਨਾ ਸੁਹੇਬ ਗੁੱਜਰ ਵੀ ਤੁਹਾਡੇ? ਮੈਂ ਜਿਸ ਵੇਲੇ ਕੁੱਤਾ ਸੀ ਨਾ ਤੁਹਾਡਾ ਉਹ ਵਾਲਾ ਰੱਤਾ ਡੱਬਾ, ਬਲਕਿ ਪਹਿਲੇ ਮੈਚ ਸਾਡੇ ਵੱਲੋਂ ਲੜਿਆ, ਉਹ ਪਹਿਲਾ ਮੈਚ ਉਹ ਲੁੱਡਨ ਸਾਡੀ ਤਰਫੋਂ ਹੀ ਲੜਿਆ, 2 ਮੈਚ ਲੜਿਆ ਉਹ, ਤੀਸਰਾ ਮੈਚ ਫਿਰ ਸਾਡਾ ਕੈਂਸਲ ਹੋ ਗਿਆ ਤੇ ਲੋਰਾ ਨੇ ਲੜਾਇਆ ਸੀ ਵਟਸਐਪ ਨੇ। ਵਾਹ ਬਈ ਵਾਹ, ਹੈ ਤਸਵੀਰ, ਓਏ ਕਮਾਲ ਦਾ ਜਾਨਵਰ ਹੈ ਜੀ। ਔਰ ਦੇਖ ਲਓ ਜੀ, ਇਹ ਹੁਣ ਕਿੰਨੀ ਉਮਰ ਚ? ਇਹ ਤਕਰੀਬਨ ਹੁਣ 3 ਸਾਲ ਤੋਂ ਕੋਈ 2-3 ਮਹੀਨੇ ਘੱਟ, 3 ਸਾਲ ਤੋਂ 2-3 ਮਹੀਨੇ ਕੰਮ ਹੈ ਜਨਾਬ, ਤੇ ਪੱਠਿਆਂ ਤਰ੍ਹਾਂ ਬਿਲਕੁਲ ਜਨਾਬ ਲੱਗ ਰਿਹਾ ਜੀ।
ਖੇਡਦਾ ਜਿਸ ਤਰ੍ਹਾਂ ਪੱਠੇ ਜਾਨਵਰ ਨਹੀਂ ਕਰਦੇ ਤੇ ਖੂਬਸੂਰਤੀ ਲੈਣ ਦੇ ਜੀ। ਨਮਸਕਾਰ ਮਾਲ ਯਾਰ ਬਬਲੀ ਵੇਖ ਮੂੰਹ ਛਾੜ ਕੱਢੀ ਜੀ ਲਓ ਜੀ ਪ੍ਰੋਪਰ ਵਿਊ ਜੀ ਪੂਰਾ ਜਾਨਵਰ ਤੁਹਾਨੂੰ ਦਿਖਾਇਆ ਜੀ ਬਲੱਡ ਲੈਣ ਵੀ ਦੱਸੀ ਤੇ ਵੀਡੀਓ ਸਾਡੀ ਲੰਬੀ ਕੋਈ ਨਹੀਂ ਜੀ ਅਸੀਂ ਵੀਡੀਓ ਸ਼ਾਰਟ ਰੱਖਦੇ ਹਾਂ ਕਿ ਕੁਛ ਭਰਾ ਨੇ ਤੇ ਉਹ ਥੋੜੇ ਪੈ ਜਾਂਦੇ ਨੇ ਇਸ ਵਾਸਤੇ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਮੇਰੀਆਂ ਵੀਡੀਓ 'ਚ ਘੱਟ ਹੀ ਹੁੰਦੀਆਂ ਨੇ ਮੈਂ ਜਾਨਵਰ ਹੀ ਦਿਖਾਉਂਦਾ ਚਾਹੇ ਮੈਂ ਇਸਤਰੀ ਦੱਸਾਂ ਤਾਂ ਵੀ ਜਾਨਵਰ ਤੇ ਚਾਹੇ ਉਂਝ ਹਵਾ ਜਾਂ ਵੀ ਸ਼ਾਰਟ ਜੀ ਵੀਡੀਓ ਜਿਹੜੀ 20 ਮਿੰਟ ਦੀ ਵੀਡੀਓ ਹੁੰਦੀ ਹੈ ਉਹ ਮੇਰੀ 5 ਮਿੰਟ ਦੀ ਹੁੰਦੀ ਹੈ ਤੇ ਸਬਸਕ੍ਰਾਈਬ ਫਿਰ ਵੀ ਤੁਸੀਂ ਨਹੀਂ ਕਰਦੇ ਕਿਉਂ ਅਰਸ਼ਦ ਬਾਈ ਬਿਲਕੁਲ ਜੀ ਇਹ ਤਾਂ ਕਰਨਾ ਚਾਹੀਦਾ ਨਾ ਜੀ ਤੇ ਬੜਾ ਫੇਮਸ ਜਾਨਵਰ ਹੈ ਜੀ ਅਰਸ਼ਦ ਬਾਈ ਨੇ ਸਾਰੀ ਤਫਸੀਲ ਪਹਿਲੇ ਵੀ ਦੱਸੀ ਹੈ ਜਨਾਬ ਤੇ ਬੜੀ ਬਾਡੀ ਵਾਲਾ ਜਾਨਵਰ ਹੈ ਵੇਟ ਸ਼ੇਟ ਵੀ ਕਮਾਲ ਦੱਸਦਾ ਕੀ ਹੈ ਹੈ ਵਾਹ ਬਬਲੀ ਉਹ ਬਬਲੀ ਇਸ ਤੋਂ ਛੋਟਾ ਸੀ ਆ ਉਹ ਛੋਟਾ ਬਿਸ਼ਾਰ ਸਾਹਿਬ ਵਾਲਾ ਦੂਸਰਾ ਬੰਦਾ ਬਣ ਬਸ ਕਰ ਅੱਜ ਕੁਝ ਜ਼ਿਆਦਾ ਹੀ ਧਿਆਨ ਸ਼ੁਗਲ ਲੱਗ ਗਿਆ ਕੰਮ ਹੀ ਹੈ ਕਮਾਲ ਯਾਰ ਬਸ ਕੀ ਬਾਤ ਬਸ ਇੰਡੀਆ ਵਾਲਿਓ ਭਰਾਵੋ ਸ਼ੌਕ ਚੈੱਕ ਕਰੋ ਤੇ ਦੱਸੋ ਜ਼ਰੂਰ ਜਿਹੜਾ ਬੁਲੀ ਡੌਗ ਦਾ ਸ਼ੌਕ ਕਰਦੇ ਹੋ ਕਿ ਬਿਸ਼ਾਰਤ ਬਲੋ ਸਾਹਿਬ ਆਫ ਕਸ਼ਮੀਰ ਤੇ ਜ਼ਿਆਰਤ ਸਾਹਿਬ ਜਨਾਬ ਇਹਨਾਂ ਦਾ ਸ਼ੌਕ ਸ਼ਿਕਾਰ ਕੈਸਾ ਤੇ ਇਸ ਤੋਂ ਬਾਅਦ ਜਨਾਬ ਤੁਹਾਨੂੰ ਜਿਹੜਾ ਜਾਨਵਰ ਦਿਖਾਉਣ ਲੱਗੇ ਆ ਬਹੁਤ ਹੀ ਹਾਈ ਲੈਵਲ ਜਾਨਵਰ ਜੀ ਉਹ ਦਿਖਾਉਂਦੇ ਹਾਂ ਤੇ ਵੀਡੀਓ ਨੂੰ ਸਭ ਜਿਹੜਾ ਨਾ ਐਂਡ ਤੱਕ ਵੇਖਿਆ ਕਰੋ ਤੇ ਸਬਸਕ੍ਰਾਈਬ ਕਰਨ ਤੋਂ ਬਗੈਰ ਨਾ ਜਾਇਆ ਕਰੋ ਅਗਰ ਤੁਸੀਂ ਅੱਛੇ ਜਾਨਵਰ ਦੇਖਣੇ ਨੇ ਤੇ ਇਹ ਜਨਾਬ ਮੀਆਂ ਚਨੂ ਤੋਂ ਆਪਣਾ ਦੁਨੀਆਪੁਰ ਤੋਂ ਨਾਂ ਕੀ ਦੱਸਿਆ ਜੀ ਅਬਦੁੱਲ ਹੱਕ ਸਾਹਿਬ ਸੁਹੇਬ ਆਪਣਾ ਸੁਹੇਬ ਵੀ ਕਰੀਬ ਹੈ ਤੁਹਾਡੇ ਨਾ ਬਿਸ਼ਾਰਤ ਬਾਈ ਨੇ ਜਨਾਬ ਇਹ ਜਨਾਬ ਇਹਨਾਂ ਨੇ ਜਨਾਬ ਇਹ ਤਮਾਮ ਕੀਤਾ ਜਨਾਬ ਤੇ ਵੀਡੀਓ ਸਾਡੇ ਕੋਲੋਂ ਡਿਲੀਟ ਹੋ ਗਈ ਸੀ ਇੱਕ ਦਫਾ ਕਲਿੱਪ ਬਣਿਆ ਤੇ ਅਸੀਂ ਭਾਈ ਜੀ ਅਰਜਾਨੇ ਦੀ ਖਾਤਰ ਸਪੈਸ਼ਲ ਆਏ ਹਾਂ ਭਰਾ ਨੇ ਸਾਡੇ ਤੇ ਬੜਾ ਅੱਛਾ ਇਹਨਾਂ ਦਾ ਸ਼ੌਕ ਸ਼ਿਕਾਰ ਹੈ ਜਨਾਬ ਤੇ ਚੌਧਰੀ ਸਾਹਿਬ ਦੇ ਨਾਲ ਹੀ ਨੇ ਜਨਾਬ ਸ਼ੌਕ ਸ਼ਿਕਾਰ ਉਹਨਾਂ ਦਾ ਤੇ ਇਹਨਾਂ ਦਾ ਸਾਂਝਾ ਹੀ ਹੈ ਜੀ ਤੇ ਮੈਂ ਕਿਹਾ ਜਰਾ ਕੋ ਅਪਡੇਟਿੰਗ ਕਰਕੇ ਆਈਏ ਇਹ ਨਾਲ ਜਨਾਬ ਫਿਜ਼ਾਨ ਸਾਹਿਬ ਨੇ ਫਿਜ਼ਾਨ ਬਾਈ ਨੇ ਤੇ ਛੋਟੇ ਤੇਰਾ ਨਾਂ ਕੀ ਹੈ ਅਖਤਰ ਬਾਈ ਛੋਟੇ ਭਾਈ ਜੀ ਅਰਸ਼ਦ ਸਾਹਿਬ ਦੇ ਅਸਲਾਮ ਵਾਲੇਕੁਮ ਜੀ ਮੇਰੇ ਤਮਾਮ ਵਿਵਰ ਜਨਾਬ ਕੈਸੇ ਹੋ ਖਰੀਦ ਨਾਲੋਂ ਠੀਕ ਹੋ ਉਮੀਦ ਹੈ ਖੈਰ ਖਰੀਦ ਨਾਲ ਹੋ ਗਏ ਔਰ ਅੱਲਾਹ ਪਾਕ ਸਭ ਨੂੰ ਖੈਰ ਖਰੀਦ ਨਾਲ ਰੱਖੇ ਜਨਾਬ ਅੱਜ ਅਸੀਂ ਮੌਜੂਦ ਹਾਂ ਜਨਾਬ ਕਸ਼ਮੀਰ ਚੌਧਰੀ ਬਿਸ਼ਾਰਤ ਸਾਹਿਬ ਚੌਧਰੀ ਜ਼ਿਆਰਤ ਸਾਹਿਬ ਆਹ ਬਲੋ ਤੇ ਇਹਨਾਂ ਦਾ ਸ਼ੌਕ ਸ਼ਿਕਾਰ ਜਨਾਬ ਮਾਸ਼ਾਅੱਲਾ ਹਰ ਸ਼ਿਕਾਰੀ ਵਾਕਫ ਹੈ ਇੰਡੀਆ ਵਾਲੇ ਪਾਕਿਸਤਾਨ ਨਾਲ ਲੈ ਕੇ ਇਹਨਾਂ ਦਾ ਸ਼ੌਕ ਸ਼ਿਕਾਰ ਕੈਸਾ ਹੈ ਤੇ ਇਹਨਾਂ ਦੇ ਜਿਹੜੇ ਫੇਮਸ ਜਾਨਵਰ ਨੇ ਟਾਪ ਦੇ ਜਾਨਵਰ ਨੇ ਜਨਾਬ ਤੁਹਾਨੂੰ ਉਹ ਸਟੈਪ ਵਾਈਜ਼ ਅਸੀਂ ਸਾਰੇ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਚੈਨਲ ਦੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਬੈਲ ਦੀ ਕੰਟੀਨਿਊ ਵੀ ਕਲਿੱਕ ਕਰਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜਾ ਕਿ ਤੁਸੀਂ ਲੋਕ ਕੰਮ ਕਰਦੇ ਹੋ ਤੇ ਮੇਰੇ ਨਾਲ ਰਾਏ ਅਰਸ਼ਦ ਸਾਹਿਬ ਨੇ ਸਾਡੇ ਭਰਾ ਬੜੇ ਅੱਛੇ ਸ਼ਿਕਾਰੀ ਸੀਨੀਅਰ ਮੋਸਟ ਸੀਨੀਅਰ ਸ਼ਿਕਾਰੀ ਜਨਾਬ ਤੇ ਇਹ ਹੁਣ ਸਾਨੂੰ ਜਾਨਵਰ ਦਿਖਾਉਣ ਲੱਗੇ ਨੇ ਕਿਹੜਾ ਜਾਨਵਰ ਦਿਖਾਉਣ ਲੱਗੇ ਅਸੀਂ ਤੁਹਾਨੂੰ ਕਾਰ ਦਾ ਹੀ ਬੱਚਾ ਵਿਖਾਉਂਦੇ ਆ ਸਹੀ ਕੀ ਨਾਮ ਹੈ ਜੀ ਠੀਕ ਹੈ ਸ਼ੇਰੂ ਕੁੱਤੇ ਦਾ ਬੱਚਾ ਸ਼ੇਰੂ ਬੱਗੂ ਜਠਿਆਣੇ ਵਾਲਾ ਠੀਕ ਹੈ ਉਸਦਾ ਬੱਚਾ ਜੀ ਉਸਦਾ ਬੱਚਾ ਜੀ ਤਫਸੀਲ ਤੁਸੀਂ ਦੇਖ ਲਈ ਤੇ ਹੁਣ ਜਨਾਬ ਤੁਹਾਨੂੰ ਜਾਨਵਰ ਦਿਖਾਉਂਦੇ ਆ ਇਹ ਨਾ ਬੰਦ ਹੀ ਹੋਵੇ ਵੇ ਪੂਰਾ ਇੰਜਾ ਛਿੰਦਾ ਬਾਬਾ ਨਾ ਨਾ ਬਿਲਕੁਲ ਵਾਹ ਬਈ ਵਾਹ ਕਾਸੇ ਕੀ ਵੇਲ ਹੈ ਪੱਠੇ ਦੀ ਯਾਰ ਕਮਾਲ ਹੈ ਇਹ ਕੱਤੀ ਤੋਂ ਬਾਹਰ ਹੈ
ਕੱਤੀਓ ਨਿਕਲਦਾ ਹਾਂਜੀ ਕੱਤੀਓ ਨਿਕਲਦਾ ਓ ਵਾਹ ਜੀ ਵਾਹ ਪੱਠਾ ਚੈੱਕ ਕਰੋ ਜੀ ਤੇ ਕਮੈਂਟ ਜ਼ਰੂਰ ਦਿਓ ਜੀ ਸ਼ੌਕਸ਼ਕਾਰ ਕੈਸਾ ਚੌਧਰੀ ਬਿਸ਼ਾਰਤ ਸਾਹਿਬ ਦਾ ਇਹ ਹੁਣ ਕਿੰਨੀ ਉਮਰ ਚ ਹੋ ਗਿਆ ਇਹ 11 ਮਹੀਨਿਆਂ ਦਾ ਹੋ ਗਿਆ 11 ਮਹੀਨਿਆਂ ਦਾ ਹਾਂਜੀ ਬੜੀ ਸੋਹਣੀ ਅਮਰੀਕੀਆਂ ਨੇ ਜੀ ਖੇਡਦਾ ਕੀ ਪਤਾ ਹੁੰਦਾ ਪਤਾ ਕੋਈ ਨੀ ਜਾਨਵਰ ਦਾ ਕੋਈ ਪਤਾ ਨੀ ਨਾ ਵਾਹ ਬਾਈ ਵਾਹ ਯਾਦ ਰੱਖੋ ਪਿੱਛੇ ਥੋੜਾ ਬੁਰਾ ਉੱਥੇ ਬੱਚਿਆਂ ਦਾ ਨਾ ਥੋੜਾ ਜਿਹਾ ਸੂਰਜ ਇੱਧਰ ਹੈ ਨਾ ਥੋੜਾ ਜਿਹਾ ਰੁੱਕ ਕਰਨੇ ਆ ਬੁਰਾ ਵਾਹ ਜੀ ਵਾਹ ਕਿਆ ਖੂਬਸੂਰਤੀ ਹੈ ਜੀ ਜਾਨਵਰ ਦੀ ਨਾਂ ਕੀ ਦੱਸਿਆ ਜੀ ਜੰਗੀ ਜੰਗੀ ਨਾਂ ਹੈ ਜੀ ਲਓ ਇੱਥੇ ਰੱਖਿਆ ਜੀ ਇੱਥੇ ਲਾਈਟ ਪੂਰੀ ਸੀ ਜੇ ਟਿੱਕੀ ਤਾਂ ਸੀ ਕਿਉਂਕਿ ਯਕਦਮ ਜਿਹੜਾ ਸੀ ਨਾ ਮੇਰਾ ਜਿਹਾ ਹੋ ਗਿਆ ਵਾਹ ਬਾਈ ਵਾਹ ਕਿਆ ਖੂਬਸੂਰਤੀਆਂ ਨੇ ਜੀ ਜਾਨਵਰ ਦੀਆਂ ਕਮਾਲ ਦਾ ਪੱਠਾ ਜੀ ਸ਼ੌਕ ਸ਼ਿਕਾਰ ਜਨਾਬ ਚੌਧਰੀ ਬਿਸ਼ਾਰੇ ਸਾਹਿਬ ਦਾ ਪਸੰਦ ਆਵੇ ਤੇ ਜਨਾਬ ਜ਼ਰੂਰ ਦੱਸਿਆ ਜੀ ਜੀ ਸ਼ਿਕਾਰੀ ਭਰਾਵੋ ਉਮਰ 11 ਮਹੀਨੇ ਹਾਈਟ 31 ਪਲੱਸ ਹੈ ਜੀ ਤੇ ਲਾਂਗ ਵੇਲ ਜਿਹੜੀ ਹੈ ਬੜੀ ਸੋਹਣੀ ਹੈ ਸੋਹਣੀ ਲਾਂਗ ਵੇਲ ਚ ਉਂਝ ਚੈੱਕ ਕੀਤਾ ਕੁੱਤਿਆਂ ਰੁਖ ਕਰਦਾ ਕਿਸ ਤਰ੍ਹਾਂ ਕੁੱਤੇ ਲੈ ਲੈ ਦੌੜ ਕੇ ਜਾਂਦਾ ਨਾ ਜੀ ਅੱਛਾ ਇਹ ਫਿਰ ਬਾਕੀ ਕੁੱਤਿਆਂ ਜ਼ਿਆਦਾ ਜਿਹੜਾ ਕੋਈ ਕੁੱਤਾ ਨਵਾਂ ਸੀ ਅੱਛਾ ਉਸ ਲਈ ਦਾ ਫਿਰ ਇਸ ਤਰ੍ਹਾਂ ਮਤਲਬ ਕਿ ਅੱਛਾ ਰੁਖ ਬਣਾਉਂਦਾ ਕਿ ਇਸ ਨੂੰ ਤਪਾਈਏ ਨਾ ਛੱਡਿਆ ਨਹੀਂ ਕਰਦਾ ਹੁਣ ਤਾਂ ਹੁਣ ਦੇ ਛੱਡਿਆ ਨਹੀਂ ਹਾਲੇ ਨਹੀਂ ਛੱਡਿਆ ਹਾਲੇ ਫਿਰ ਬਿਲਕੁਲ 15 ਕੁ ਮਹੀਨੇ ਹੋ ਜਾਣਾ ਉਮਰ ਹੁਣ 11-15 ਕੁ ਮਹੀਨੇ ਦੂਸਰੇ ਤੀਸਰੇ ਮਹੀਨੇ ਜਿਹੜਾ ਫਿਰ ਇਹਨੂੰ ਛੱਡੋ ਹਾਂਜੀ ਦੂਸਰੇ ਤੀਸਰੇ ਮਹੀਨੇ ਤਪਾਵਾਂਗੇ ਮਾਲ ਯਾਰ ਜਿਲਦ ਵੀ ਬੜੀ ਕਮਾਲ ਦੀ ਹੈ ਬਰੀਕੀਆਂ ਹੈ ਬਰੀਕੀਆਂ ਬੜੀਆਂ ਖੂਬਸੂਰਤੀ ਦਾ ਜੀ ਐਂਡ ਹੈ ਜੀ ਜਾਨਵਰ ਕਮਾਲ ਅਸੀਂ ਨਾਲ ਤੁਸੀਂ ਖਲੋਂਦੇ ਨੀ ਪੱਟੇ ਤੋਂ ਫੜ ਕੇ ਮੈਂ ਤਸਵੀਰ ਕਰਨਾ ਚਾਹੁੰਦਾ ਵਾਂਗੇ ਜ਼ਰਾ ਅੱਛੀ ਜੀ ਬਸ ਦੋਵੇਂ ਖਲੋ ਜਾਣਾ ਜੀ ਪਕੜ ਕੇ ਬੇਸ਼ੱਕ ਉੱਤੇ ਜਾਂਦਾ ਉੱਤੇ ਜਾਂਦਾ ਜਿੱਥੇ ਵੀ ਜਾਂਦਾ ਜਾਏ ਇੱਧਰ ਮੂੰਹ ਮੇਰੇ ਇੱਥੇ ਇੱਥੇ ਠੀਕ ਹੈ ਬਿਹਤਰੀਨ ਹੋ ਗਿਆ ਲੈ ਗਿਆ ਸਾਡੀ ਛੋਟੀ ਜਿਹੀ ਵੀਡੀਓ ਸੀ ਜਨਾਬ ਵੀਡੀਓ ਪਸੰਦ ਆਵੇ ਔਰ ਬਿਸ਼ਾਰਤ ਸਾਹਿਬ ਦਾ ਸ਼ੌਕ ਸ਼ਿਕਾਰ ਪਸੰਦ ਆਵੇ ਤੇ ਕਮੈਂਟ ਜ਼ਰੂਰ ਦਿਆ ਜੇ ਕਮੈਂਟ ਤੁਸੀਂ ਲੋਕ ਨਹੀਂ ਦਿੰਦੇ ਜੀ ਹੌਸਲਾ ਅਫਜ਼ਾਈ ਹੁੰਦੀ ਹੈ ਸ਼ਿਕਾਰੀਆਂ ਦੀ ਬੜੇ ਬੜੇ ਕੀਮਤੀ ਜਾਨਵਰ ਹੁੰਦੇ ਨੇ ਜੀ ਬੜੇ ਬੜੇ ਖੱਜਲ ਖੁਆਰੀਆਂ ਕਰਕੇ ਲਿਆਉਂਦੇ ਨੇ ਤੇ ਫਿਰ ਇਹਨਾਂ ਦੇ ਜਿਹੜੀਆਂ ਮਿਹਨਤਾਂ ਹੁੰਦੀਆਂ ਨੇ ਸ਼ੌਕ ਸ਼ਿਕਾਰ ਵਾਲੇ ਸਾਰੇ ਜਾਣਦੇ ਹੀ ਨੇ ਤੇ ਐਪਰੀਸ਼ੀਏਟ ਕਰਿਆ ਕਰੋ ਇੱਕ ਦੋ ਲਫ਼ਜ਼ ਲਿਖਣ ਵਿੱਚ ਕਿਹੜਾ ਜ਼ੋਰ ਲੱਗਦਾ ਜਾਂ ਦੇਰ ਲੱਗਦੀ ਹੈ ਗੁੱਡ ਲਿਖ ਦਿਓ ਕੁਛ ਲਿਖ ਦਿਓ ਅੱਛਾ ਜਾਨਵਰ ਹੋਵੇ ਤੇ ਉਹਨੂੰ ਜਨਾਬ ਉਹਦੇ ਵਾਸਤੇ ਕਮੈਂਟ ਜ਼ਰੂਰ ਦੇਣਾ ਬਣਦਾ ਸਾਡਾ ਤੇ ਇਹ ਸਾਡੀ ਛੋਟੀ ਜਿਹੀ ਵੀਡੀਓ ਜਨਾਬ ਤੇ ਅਗਲੀ ਵੀਡੀਓ ਨਾਲ ਅਸੀਂ ਫਿਰ ਹਾਜ਼ਰ ਹੁੰਦੇ ਹਾਂ ਜਨਾਬ ਤੇ ਅੱਲਾ ਹਾਫਜ਼ ਤੁਹਾਡਾ ਕੀ ਨਾਂ ਜੀ ਤੁਸੀਂ ਨਹੀਂ ਦੱਸਿਆ
ਅਬਦੁਲ ਹੱਕ ਸਾਹਿਬ ਜੀ। ਅਬਦੁਲ ਹੱਕ ਸਾਹਿਬ ਲਾਕਾ ਕਿਹੜਾ ਜੀ? ਇਹ ਤੁਹਾਨੂੰ ਹੁਣ ਇਹਨਾਂ ਦਾ ਮੈਂ ਤਾਰਫ ਕਰਾਉਣਾ ਮੈਂ। ਅੱਛਾ, ਇਹ ਅਬਦੁਲ ਹੱਕ ਸਾਹਿਬ ਐਂਡ ਮਨਜ਼ੂਰ ਡੋਗਰ ਸਾਹਿਬ ਅੱਲਾਹ ਤਾਲਾ ਘਰ ਦੇ ਜੀ ਫੋਤ ਹੋ ਗਏ ਨੇ, ਉਹਨਾਂ ਦੇ ਸ਼ਾਗਿਰਦ ਵੀ ਨੇ ਤੇ ਉਹਨਾਂ ਦੇ ਗੁਆਂਢੀ ਵੀ ਨੇ। ਅਸਲਾਮ ਅਲੈਕਮ ਜੀ ਤਮਾਮ ਵੀਰ ਜਨਾਬ, ਕੈਸੇ ਹੋ? ਖਰੀਦ ਨਾਲੋ ਠੀਕ ਹੋ? ਉਮੀਦ ਹੈ ਖੈਰ ਖਰੀਦ ਨਾਲ ਹੋਵੋਗੇ। ਅਸੀਂ ਮੌਜੂਦ ਜਨਾਬ ਬਲੋ ਆਜ਼ਾਦ ਕਸ਼ਮੀਰ, ਚੌਧਰੀ ਬਸ਼ਾਰਤ ਸਾਹਿਬ, ਚੌਧਰੀ ਜ਼ਿਆਰਤ ਸਾਹਿਬ ਜਨਾਬ ਉਹਨਾਂ ਦੇ ਡੇਰੇ 'ਤੇ, ਅਤੇ ਸਾਡੇ ਨਾਲ ਜਨਾਬ ਰਾਏ ਅਰਸ਼ਦ ਸਾਹਿਬ ਨੇ, ਇਹਨਾਂ ਦਾ ਸ਼ੌਕ ਸ਼ਿਕਾਰ ਜਨਾਬ ਅਸੀਂ ਦਿਖਾ ਰਹੇ ਹਾਂ। ਨਾਲ ਜਨਾਬ ਫਿਜ਼ਾਨ ਬਾਈ ਨੇ, ਇਹਨਾਂ ਦਾ ਬੜਾ ਅੱਛਾ ਚੈਨਲ ਹੈ ਜੀ ਫਿਜ਼ਾਨ ਅਫੀਸ਼ਲ ਦੇ ਨਾਂ 'ਤੇ, ਸ਼ੌਕ ਸ਼ਿਕਾਰ ਦੇ ਬਾਰੇ ਨਾਲ, ਅਤੇ ਸਾਡੇ ਚੈਨਲ ਨੂੰ ਤੁਸੀਂ ਜਾਣਦੇ ਹੀ ਹੋ, ਸਬਸਕ੍ਰਾਈਬ ਭਾਵੇਂ ਨਹੀਂ ਕਰਦੇ, ਅਤੇ ਚਲੋ ਮਿਹਰਬਾਨੀ ਤੁਹਾਡੀ। ਅਤੇ ਹੁਣ ਸ਼ੌਕ ਸ਼ਿਕਾਰ ਤੁਹਾਨੂੰ ਦਿਖਾਉਣ ਲੱਗਿਆ, ਜਿਹੜਾ ਜਾਨਵਰ ਦਿਖਾਉਣ ਲੱਗਿਆ ਉਹ ਅਰਸ਼ਦ ਸਾਹਿਬ ਦੱਸਦੇ ਨੇ ਸਰ, ਕਿਹੜਾ ਜਾਨਵਰ ਹੈ? ਜਾਨਵਰ ਹੁਣ ਤੁਹਾਨੂੰ ਵਿਖਾਉਂਦੇ ਹਾਂ ਜੀ, ਨਵਾਂ ਕੁੱਤਾ ਤਪਣੀਆਂ 'ਚ। ਅੱਛਾ, ਬਲੈਕਬੈਰੀ ਨਾਮ ਸੀ ਜੀ। ਅੱਛਾ, ਬਲੈਕਬੈਰੀ ਨਾਂ ਹੈ ਜੀ, ਨਵਾਂ ਜਾਨਵਰ ਹੈ, ਪੱਠਾ ਤਪਣੀਆਂ 'ਚ। ਕਿੰਨੀਆਂ ਤਪਣੀਆਂ ਹੋਏ ਆ? ਇਹ ਤਕਰੀਬਨ 5-6 ਤਪਣੀਆਂ ਕੀਤੀਆਂ। 5-6 ਤਪਣੀਆਂ ਹੋਏ ਆ, ਅਤੇ ਉਹ ਜਾਨਵਰ ਤੁਹਾਨੂੰ ਦਿਖਾਉਂਦੇ ਹਾਂ ਜਨਾਬ, ਅਤੇ ਟਾਈਮ ਵੇਸਟ ਨਹੀਂ ਕਰਦੇ ਅਸੀਂ ਜਨਾਬ, ਅਤੇ ਚਲੋ ਵੀਡੀਓ ਦੇਖੋ, ਅਤੇ ਚੈਨਲ ਨੂੰ ਵੀ ਨਾਲ ਉਂਗਲੀ ਮਾਰ ਦਿਆ ਜੀ। ਹਾਂ, ਆਓ ਜੀ। ਪੱਠਾ ਜੀ, ਇਹ ਵੀ ਸੋਹਣੀ ਬੰਤਰ ਹੈ ਜੀ, ਮਾਸ਼ਾਅੱਲਾਹ। ਇਹ ਕਿਹੜੀ ਕਿੰਨੀ ਕੁ ਉਮਰ ਹੈ ਜੀ? ਇਹ ਤਕਰੀਬਨ 3-3.5 ਸਾਲ ਦਾ ਹੋਗਾ। ਅੱਛਾ, 3.5 ਸਾਲ ਦਾ ਇਹ, ਮਤਲਬ ਤਪਣੀਆਂ ਦੇ ਮੈਚ ਇਸ ਸੀਜ਼ਨ 3 ਸਾਲ ਉਮਰ ਇਸਦੀ ਹੈ। ਮੈਚ ਐਤਕੀ ਲੜੇਗਾ? ਐਤਕੀ ਮੈਚ ਲੜੇਗਾ। ਮੂੰਹ ਨੇ ਇੱਥੋਂ ਕੱਢ ਲਈ ਜੇ ਖਲੋਂਦਾ ਸਹੀ ਤੇ, ਕਰ ਲੈ ਕਰ ਲੈ। ਨਹੀਂ, ਬਾਡੀ ਬੰਤਰ ਬੜੀ ਸੋਹਣੀ ਹੈ, ਬਾਡੀ ਬੜੀ ਸੋਹਣੀ ਹੈ, ਕਮਾਲ ਹੈ। ਲਵਾ ਕੁੱਤਾ ਹਲੇ ਫਿਰ ਨਹੀਂ, ਜਿਹੜਾ ਇਸ ਵੇਟ ਬਣਾਉਣਾ ਹੈ ਨਾ ਉਹ ਬਣਾ ਗਿਆ। ਹਾਂਜੀ, ਵੇਟ ਕਰ ਦਿੰਦਾ ਹੀ ਹੈ, ਲੇਕਿਨ ਉਹਨੇ ਤੁਸੀਂ ਮਿਹਨਤ ਹੋਵੇ, ਥੋੜਾ ਨਹੀਂ ਹੈ। ਬਿਲਕੁਲ ਜੀ, ਥੋੜਾ ਨਹੀਂ ਹੈ, ਬੜਾ ਬਾਡੀ ਸ਼ਾਡੀ ਸੋਹਣੀ ਹੈ, ਔਰ ਮੂੰਹ ਸਿਰ ਵੀ ਬੜਾ, ਬੰਤਰ ਵੀ ਬੜਾ। ਪਰ ਮੂੰਹ ਕਰ ਕੈਮਰੇ ਵਾਲਾ, ਇਹ ਸਾਰੇ ਤੁਹਾਡੇ ਗਦਾੜਿਆਂ ਚੜਦੇ ਨੇ। ਬਸ ਇਹ ਜੀ ਪੱਟੇ ਤੇ ਰੱਸੇ ਬੜੇ ਸੋਹਣੇ ਪਾਏ ਜੀ, ਇਹ ਕਿੱਥੋਂ ਲਿਆਉਂਦੇ ਜੀ? ਇਹ ਪੱਟੇ ਜੀ ਬੜੇ ਐਸੇ ਚ ਰਾਜ਼ ਹੈ। ਅੱਛਾ, ਕਿੱਥੋਂ ਦੱਸੋ, ਕੋਈ ਕਿਸੇ ਭਰਾ ਦਾ ਫਾਇਦਾ ਹੋ ਜਾਏ, ਬੰਦਾ ਮੰਗਵਾ ਹੀ ਸਕਦਾ। ਪੱਟੇ ਸਪੈਸ਼ਲ ਇੰਗਲੈਂਡ ਤੋਂ ਜੀ। ਇੰਗਲੈਂਡ ਤੋਂ? ਇਹ ਹੋਰ ਕਿਧਰੋਂ ਨਹੀਂ ਮਿਲਣਗੇ, ਸਿਰਫ ਇੰਗਲੈਂਡ ਦੇ ਪੱਟੇ। ਵਾਹ ਬਈ ਵਾਹ। ਇਹ ਸੁਹੇਲ ਸਾਹਿਬ ਆਪਣਾ ਹਵੇਲੀ ਲੱਖੇ ਤੋਂ ਸਾਡੇ ਦੋਸਤ। ਅੱਛਾ ਅੱਛਾ, ਸੁਹੇਲ ਰਾਏ, ਸੁਹੇਲ ਜਿੰਦੇ ਕਾ। ਅੱਛਾ, ਇਹ ਉਹਨਾਂ ਸਾਨੂੰ ਮੰਗਵਾ ਕੇ ਦਿੱਤੇ ਸਨ ਜੀ। ਰਾਏ ਸੁਹੇਲ ਸਾਹਿਬ ਜਿੰਦੇ ਕਾ ਜੀ, ਬੜੇ ਪਿਆਰੇ ਪੱਟੇ ਪੱਟੇ ਨੇ ਜੀ। ਇਹ ਰੱਸਾ ਵੀ ਨਾਲ ਹੀ ਹੈਗੇ ਪੱਟਾ ਹੀ? ਰੱਸਾ ਇੱਥੇ ਦੇ ਨਾ ਪੱਟੇ, ਪੱਟਾ ਦਾ ਹੋਊਗਾ ਉੱਥੇ ਕਰੋ। ਤੇ ਉਹਨਾਂ ਦਾ ਕੋਈ ਨੰਬਰ ਸ਼ੰਬਰ ਆਇਆ ਤੇ ਬੋਲੋ, ਹਜ਼ਾਰ ਕੋਈ ਮੰਗਵਾਉਣਾ ਹੋਵੇ ਤੇ ਅਸੀਂ ਮੰਗਵਾ ਲਈ, ਕੋਈ ਹੋਰ ਬੰਦਾ ਮੰਗਵਾ ਸਕਦਾ। ਨੰਬਰ ਉਹਨਾਂ ਦਾ ਮੈਂ ਤੁਹਾਨੂੰ ਸ਼ੇਅਰ ਕਰ ਦੇ ਸਾਂ। ਠੀਕ ਹੋ ਗਿਆ, ਤਾਂ ਨੰਬਰ ਦਿਆਂਗੇ ਜੀ ਵੀਡੀਓ 'ਚ, ਅਗਰ ਤੁਸੀਂ ਪੱਟੇ ਮੰਗਵਾਉਣੇ ਚਾਹੋ ਜੀ। ਬੜੇ ਖੂਬਸੂਰਤ ਲੈਦਰ ਹੈ, ਪਿਓਰ ਲੈਦਰ ਜਿਹੜਾ ਨਾ, ਮੈਨੂੰ ਤਾਂ ਬੜਾ ਅੱਛਾ ਲੱਗਾ ਜੇ, ਔਰ ਇਹਦੀ ਮਤਲਬ ਚੁੜਾਈ ਵੀ ਇਤਨੀ, ਚੜਾਈ ਚੁੜਾਈ ਮੁਖਤਲਿਫ ਮਿਲ ਜਾਂਦੀ ਹੁਣ। ਇਹ ਵੇਖੋ ਨਾ, ਚੜਾਈ ਇਹ 2 ਇੰਚ ਦਾ ਐਲੇ, ਜਿਹੜੇ ਇੱਕ ਨੁਕ ਇਸ ਦੇ ਕਹਿਣਾ ਨਗ। ਅੱਛਾ, ਇੱਥੋਂ ਤੁਹਾਨੂੰ ਪਤਾ ਕਿ ਲੋਕਲ ਜਿਹੜੇ ਪੱਟੇ ਹੁੰਦੇ ਨੇ ਉਹਨਾਂ ਦੇ ਉੱਤਰ ਜਾਂਦੇ। 5 ਸਾਲ ਵੀ ਇਸਤੇਮਾਲ ਕਰੋਗੇ ਨਾ, 5 ਸਾਲ ਵਿੱਚ ਵੀ ਇਹ ਨਹੀਂ ਨਿਕਲਣਗੇ, ਨਹੀਂ ਨਿਕਲਣਗੇ। ਵਾਹ ਵਾਹ ਬਈ ਵਾਹ। ਇਹ ਜੀ ਪੱਟੇ ਨੇ ਤੁਹਾਡਾ ਨੰਬਰ ਵਿੱਚ ਦੇਵਾਂਗੇ, ਉਹਨਾਂ ਦਾ ਸੁਹੇਲ ਸਾਹਿਬ ਨੇ ਜਿੰਦੇ ਕਿਹਾ ਹਵੇਲੀ ਲੱਖਾਂ ਤੋਂ, ਤੇ ਉਹ ਪੱਟਿਆਂ ਦਾ ਉਹਨਾਂ ਕਿਧਰੋਂ ਮੰਗਵਾਏ ਨੇ ਜਾਂ ਬਣਾਉਂਦੇ ਹੋਣਗੇ? ਨਾ, ਮੰਗਵਾਏ ਨੇ ਉਹਨਾਂ ਦੇ ਦੋਸਤ ਐਂਡ ਬਾਹਰ ਇੰਗਲੈਂਡ ਨਾਲ, ਉਹਨਾਂ ਦੇ ਦੋਸਤ ਨੇ ਬਾਹਰ ਇੰਗਲੈਂਡ 'ਚ ਉਹਨਾਂ ਮੰਗਵਾਏ ਨੇ, ਤੇ ਇਹਨਾਂ ਦੇ ਇਹ ਨਗ ਨਹੀਂ ਉਤਰਦੇ ਜਿਹੜੇ ਉੱਤੇ ਲੱਗੇ ਨੇ ਉਹ ਕੋਕੇ। ਹੂੰ, ਕੋਕੇ ਨਹੀਂ ਉਤਰਦੇ? ਨਹੀਂ, ਬਿਲਕੁਲ ਨਹੀਂ ਉਤਰਨਗੇ। ਵਾਹ ਬਈ ਵਾਹ। ਇਹਦਾ ਕੱਦ ਕਿੰਨਾ ਹੋਣਾ ਜੀ ਵੈਸੇ? ਤਕਰੀਬਨ 31.5। ਹੂੰ, 31.5। 31.5, ਕਮਾਲ ਯਾਰ।
ਤਪਣੀਆਂ ਕਿੰਨੀਆਂ ਕਰਾ ਬੈਠੇ ਹੋ? ਇਹ ਤਕਰੀਬਨ 5-6 ਤਪਣੀਆਂ ਇਸ ਦੀਆਂ ਹੋਗੀਆਂ। ਅੱਛਾ, ਕਿਵੇਂ ਦੀ ਗੇਮ ਹੈ, ਉੱਤੇ ਦੀ ਹੈ ਥੱਲੇ ਦੀ ਹੈ, ਕਿਸ ਤਰ੍ਹਾਂ? ਦੋਨਾਂ ਸਾਈਡਾਂ ਜੀ, ਉੱਤੇ ਦੀ ਥੱਲੇ ਦੀ ਪਿੱਛੇ ਲੱਤਾਂ, ਮਤਲਬ ਸਾਰੀਆਂ ਜਗ੍ਹਾ ਤੇ ਮੌਕੇ ਮਾਲ ਦੇ ਮੁਤਾਬਕ? ਜੀ ਜੀ, ਸਾਰੀਆਂ ਜਗ੍ਹਾ ਜਾਂਦਾ? ਹਾਂ ਬਿਲਕੁਲ। ਸਹੀ ਹੋ ਗਿਆ ਜੀ। ਜਾਨਵਰ ਜੀ ਤੁਹਾਨੂੰ ਦੇਖੋ ਜੀ, ਅਗਰ ਭਰਾਵਾਂ ਨੂੰ ਜਾਨਵਰ ਆਵੇ ਪਸੰਦ ਤੇ ਕਮੈਂਟ ਜ਼ਰੂਰ ਦਿਆ ਜੇ ਕਿ ਚੌਧਰੀ ਬਸ਼ਾਰਤ ਸਾਹਿਬ ਆਫ ਬਲੋ, ਚੌਧਰੀ ਜ਼ਿਆਰਤ ਸਾਹਿਬ ਆਫ ਬਲੋ, ਇਹਨਾਂ ਦਾ ਸ਼ੌਕ ਸ਼ਿਕਾਰ ਜਨਾਬ ਕੈਸਾ? ਤੇ ਜਾਨਵਰ ਤਾਂ ਬੜਾ ਖੂਬਸੂਰਤ ਹੈ ਜੀ, ਅੱਡ ਪੈਰ ਜਿਹੜੇ ਪੂਰੇ ਨੇ, ਲੇਕਿਨ ਇਸ ਸੀਜ਼ਨ ਚ ਮੈਚ ਲੜੇਗਾ। 3 ਸਾਲ ਉਮਰ ਦੀ ਹੋ ਗਈ ਹੈ? ਹਾਂਜੀ, 3 ਸਾਲ ਦੀ ਉਮਰ ਹੋ ਗਈ ਹੈ। ਵਾਹ ਬਈ ਵਾਹ, ਕੀ ਬਾਤ ਹੈ। ਹੋਰ ਜੀ, ਸਭ ਠੀਕ ਹੈ? ਕਮਾਲ ਹੈ ਜੀ, ਖੂਬਸੂਰਤੀ ਰਹਿਣ ਦੇ ਜੀ। ਆ ਜਾਓ ਨਾਲ, ਆ ਜਾਓ। ਰਹਿੰਦੇ ਜੀ, ਖੂਬਸੂਰਤੀ ਜਾਨਵਰ ਜੀ, ਸ਼ੌਕ ਸ਼ਿਕਾਰ ਚੌਧਰੀ ਸਾਹਿਬ ਦਾ ਜੀ ਪਸੰਦ ਤੁਹਾਨੂੰ ਆਈ ਹੋਵੇਗਾ। ਜਿਹੜੇ ਭਰਾ ਸਾਡੇ ਪਾਕਿਸਤਾਨ ਚ ਨੇ, ਜਿਹੜੇ ਇੰਡੀਆ ਚ ਨੇ, ਸ਼ੌਕ ਸ਼ਿਕਾਰ ਕਰਦੇ ਨੇ ਜਾਂ ਸਮਝਦੇ ਨੇ, ਤੇ ਕਮੈਂਟ ਜ਼ਰੂਰ ਦਿਆ ਕਰੋ। ਮੇਰਾ ਹਰ ਵੀਡੀਓ ਚ ਇਹ ਪੈਗਾਮ ਹੁੰਦਾ ਕਿ 1-2 ਸੈਕਿੰਡ ਲੱਗਦੇ ਨੇ, ਮਿੰਟ ਵੀ, ਮਿੰਟ ਤਾਂ ਦੂਰ ਦੀ ਗੱਲ ਹੈ ਨਾ, ਤੇ ਅੱਛਾ ਜਾਨਵਰ ਹੈ, ਐਪਰੀਸ਼ੀਏਟ ਕਰਿਆ ਕਰੋ ਸ਼ੌਕ ਸ਼ਿਕਾਰ ਨੂੰ। ਬੜੀ ਮਿਹਨਤ ਹੁੰਦੀ ਹੈ, ਘੁਲਣਾ ਪੈਂਦਾ ਸ਼ੌਕ ਚ। ਵਾਹ ਕਮਾਲ ਜੀ, ਹੁਣ ਅਬਦੁੱਲਾ ਲਓ ਜੀ, ਇਹ ਸਾਡੀ ਛੋਟੀ ਜਿਹੀ ਵੀਡੀਓ ਜਨਾਬ, ਵੱਡੀ ਵੀਡੀਓ ਕੋਈ ਨਹੀਂ ਜੀ, ਤੇ ਅਗਲੀ ਵੀਡੀਓ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ। ਇਹ ਜਨਾਬ ਰਾਏ ਅਰਸ਼ਦ ਸਾਹਿਬ ਨਾਲ ਸਾਡੇ ਨਾਲ ਮੌਜੂਦ, ਤੇ ਅਬਦੁੱਲ ਹੱਕ ਸਾਹਿਬ ਜਨਾਬ ਆਫ ਦੁਨੀਆਪੁਰ, ਮਨਜ਼ੂਰ ਡੋਗਰ ਸਾਹਿਬ ਦੇ ਪਿੰਡ ਦੇ ਜੀ। ਦਸ ਲੱਖੀ ਦੇ ਬੱਚੇ ਜੀ, ਭਾਈ ਜੀ ਚੈੱਕ ਕਰੋ ਜੀ, ਇੰਡੀਆ ਵਾਲੇ ਹੋ ਤੇ ਪਾਕਿਸਤਾਨ ਵਾਲੇ ਹੋ, ਜਿਹੜੇ ਸ਼ੌਕ ਸ਼ਿਕਾਰ ਵਾਲੇ ਬੁਲੀ ਡਾਗ ਲਵਰ ਨੇ ਜਨਾਬ, ਬੁਲੀ ਸ਼ੌਕ ਨਾਲ ਜਨਾਬ ਜਿਹਨਾਂ ਨੂੰ ਪਿਆਰ ਹੈ, ਲੰਬਾਈ ਦੇਖੋ ਇਸਦੀ ਤੁਸੀਂ। ਵਾਹ ਬਈ ਵਾਹ, ਇਸ ਦਾ ਅਸੀਂ ਮਾਂ ਪਿਓ ਨਹੀਂ ਦੱਸਣਾ ਜੀ, ਕੋਈ ਵਜ੍ਹਾ, ਜਿੱਦਣ ਜਵਾਨ ਹੋਏਗਾ ਨਾ ਫਿਰ ਪਤਾ ਲੱਗ ਜਾਏਗਾ, ਜਦੋਂ ਲੜਸੀ ਉਦੋਂ, ਜਦੋਂ ਲੜੇਗਾ ਜੀ ਫਿਰ ਦੱਸਾਂਗੇ ਜੀ। ਇਹ ਵੀ ਕੋਈ ਰਾਜ਼ ਦੀਆਂ ਗੱਲਾਂ ਹੁੰਦੀਆਂ ਨੇ ਜੀ, ਇਹਨਾਂ ਨਾਲ ਗੱਪਸ਼ਪ ਲੈਣੇ ਆ ਜੀ। ਕਿੰਨੇ ਜਾਨਵਰ ਨੇ ਇਸ ਟਾਈਮ ਕੋਲ? ਜਾਨਵਰ ਸਾਡੇ ਕੋਲ 6 ਹਨ ਜੀ, ਡੇਰੇ ਤੇ 6 ਨੇ। ਕਿਹੜੀ ਕਿਹੜੀ ਨਸਲ ਦੇ? ਨਸਲ ਇੱਕ ਦੱਸਣਾ ਜਾਣਦੇ ਹੀ ਹੋ ਜੀ, ਸਿੰਬਾ ਸਾਡੇ ਕੋਲ ਜੀ, ਇੱਕ ਸਲੇਟੇ ਰੰਗ ਦਾ ਕੁੱਤਾ ਜੀ ਜੀ, ਇੱਕ ਕਾਲਾ, ਇੱਕ ਡੱਬਾ ਕੁੱਤਾ। ਸਹੀ ਹੈ। ਇਹ ਜਿਹੜੇ ਬੱਚੇ ਨੇ ਕਿਧਰੋਂ ਆਏ ਨੇ? ਬੱਚੇ ਬੜੇ ਨਸਲੀ ਨੇ, ਬੜੇ ਸਪੈਸ਼ਲ ਬੱਚੇ ਨੇ, ਸ਼ਾਇਦ ਤੁਸੀਂ ਅੱਗੇ ਵੀਡੀਓ ਵੇਖੀ ਹੋਵੇ। ਨਹੀਂ ਵੇਖੀ। ਇਹ 2-10 ਲੱਖੀਏ ਦੇ ਬੱਚੇ ਨੇ। ਇਹ ਉਹ ਜ਼ਰਾ ਦੱਸੋ ਵੀ, ਲਓ ਜੀ ਬੜੀ ਫੇਮਸ ਬਲੱਡ ਲੈਣ ਤੁਹਾਨੂੰ ਦਿਖਾਉਣ ਲੱਗਿਆ ਜਨਾਬ, ਇਹ ਪੂਰਾ ਛੋਟੀ ਜਿਹੀ, ਇਹ ਦੋਵੇਂ। ਹਾਂਜੀ। ਵਾਹ ਬਾਈ ਵਾਹ, ਐਂ ਫੜ ਕੇ ਉੱਤੇ ਕਰੋ ਜ਼ਰਾ ਤਸਵੀਰ ਲੈ ਲਈ। ਇਹ 10 ਲੱਖੀਏ ਦੇ ਬੱਚੇ ਨੇ। ਵਾਹ ਜੀ ਵਾਹ, ਕਮਾਲ ਹੈ ਬਾਈ, ਇਹ 10 ਲੱਖੀ ਦੇ ਨੇ। ਨਰਮਾ ਤੇ ਦੋਵੇਂ ਕਤੂਰੇ ਨਾਰਾ ਹੈ, ਦੋਵੇਂ ਕਤੂਰੇ ਨੇ। ਵਾਹ ਬਾਈ ਵਾਹ, ਕਰੋ ਕਲੋਜ਼ ਦਿਖਾਉਂਦੇ ਆ ਜੀ, 10 ਲੱਖੀਏ ਦੇ ਬੱਚੇ ਜੀ, ਭਾਈ ਜੀ ਚੈੱਕ ਕਰੋ ਜੀ, ਇੰਡੀਆ ਵਾਲੇ ਹੋ ਤੇ ਪਾਕਿਸਤਾਨ ਵਾਲੇ ਹੋ, ਜਿਹੜੇ ਸ਼ੌਕ ਸ਼ਿਕਾਰ ਵਾਲੇ ਬੁਲੀ ਡਾਗ ਲਵਰ ਨੇ ਜਨਾਬ, ਬੁਲੀ ਸ਼ੌਕ ਨਾਲ ਜਨਾਬ ਜਿਹਨਾਂ ਨੂੰ ਪਿਆਰ ਹੈ ਜਾਂ ਜਿਹੜੇ ਸ਼ੌਕ ਕਰਦੇ ਨੇ, ਤੇ ਬੜੀ ਅੱਛੀ ਬਰੀਡ ਹੈ ਜੀ ਇਹ। ਮਾਂ ਨੂੰ ਕਿਧਰੋਂ ਤੇ ਪਿਓ ਵੱਲੋਂ ਕਿਧਰੋਂ? ਮਾਂ ਨੂੰ, ਇਹ ਯੂਰੀ ਦੀ ਧੀ ਦੇ ਬੱਚੇ ਨੇ। ਅੱਛਾ, ਤੇ ਪਿਓ 10 ਲੱਖਿਆ, ਪਿਓ 10 ਲੱਖਿਆ ਤੇ ਯੂਰੀ ਵੱਲੋਂ, ਯੂਰੀ ਦੀ ਧੀ ਦੇ ਬੱਚੇ ਆਪਣਾ, ਯੂਰੀ ਮਾਂ ਨੂੰ, ਯੂਰੀ ਦੀ ਧੀ ਦੇ ਬੱਚੇ ਨੇ।
ਠੀਕ ਹੋ ਗਿਆ। ਇਹ ਜੋੜਾ ਜੋੜਾ ਤੇ ਕੁੱਤੀ ਆਪੇ ਸਵਾਈ ਸਾਹਿਬ ਜੀ ਲਿਆਂਦੀ ਹੈ? ਇਹ ਚੌਧਰੀ ਪ੍ਰਵੇਸ਼ ਸਾਹਿਬ ਕੋਠਾ ਕੋਠਿਆਂ ਵਾਲੇ ਗਿਫਟ ਜੀ ਦੇਣੇ ਜੀ। ਇੱਕ ਚੌਧਰੀ ਪ੍ਰਵੇਸ਼ ਸਾਹਿਬ, ਚੌਧਰੀ ਰਿਆਜ਼ ਸਾਹਿਬ, ਦੋ ਦੋ ਗਿਫਟ ਮਿਲੇ ਨੇ। ਇਹ ਚੌਧਰੀ ਰਿਆਜ਼ ਸਾਹਿਬ ਨੂੰ, ਚੌਧਰੀ ਰਿਆਜ਼ ਸਾਹਿਬ ਆਪ ਸੁਰੱਖੀ ਜੀ, ਤੇ ਇਹ ਚੌਧਰੀ ਪ੍ਰਵੇਸ਼ ਸਾਹਿਬ ਜੀ, ਇਹ ਦੋਨਾਂ ਨੇ ਜੀ ਇੱਕ ਇੱਕ ਗਿਫਟ ਕੀਤਾ ਹੈ ਤੇ ਮਾਸ਼ਾਅੱਲਾ ਜੀ ਉਹ 10 ਲੱਖ ਵੀ ਉਹਨਾਂ ਦੋਨਾਂ ਕੋਲ ਹੀ ਹੈ, ਰਿਆਜ਼ ਸਾਹਿਬ ਕੋਲ ਤੇ ਪ੍ਰਵੇਸ਼ ਸਾਹਿਬ ਕੋਲ ਹੀ ਹੈ। ਤੇ ਇਹ ਜਿਹੜਾ ਪੂਰਾ ਅੰਦਰ ਸੀ ਇਹ ਸੀ, ਇਹ ਸਨਮਾਰ ਉਹ ਇੱਕ ਹੋਰ ਹੈ, ਉਹ ਆਪਣਾ ਹੀ ਬੱਚਾ ਹੈ। ਅੱਛਾ ਅੱਛਾ, ਵਾਹ ਜੀ ਵਾਹ, ਵੀਡੀਓ ਦਾ ਮਜ਼ਾ ਆਵੇਗਾ ਜੀ ਤੁਹਾਨੂੰ ਇਹ, ਤੇ ਬਾਕੀ ਜਾਨਵਰ ਵੀ ਤੁਹਾਨੂੰ ਦਿਖਾਉਂਦੇ ਹਾਂ ਤੇ ਬੱਚੇ ਪਸੰਦ ਆਉਣ ਨਾ ਜੀ। ਤੇ ਦੱਸੇ ਕੁੱਤੀ ਦਾ ਕੱਦ ਕਿੰਨਾ ਸੀ? ਕੁੱਤੀ ਤਕਰੀਬਨ 3.5 ਇੰਚ ਕੁੱਤੀ ਸੀ। ਅੱਛਾ, 3.5 ਇੰਚ ਕੁੱਤੀ ਸੀ ਜੀ। ਤੇ ਜਾਨਵਰ ਨੂੰ ਫਿਰ ਤੁਸੀਂ ਜਾਣਦੇ ਹੋ ਜੀ, ਫੇਮਸ ਜਾਨਵਰ ਜੀ, 10 ਲੱਖੀਆ ਸਨ ਆਫ 10 ਲੱਖੀਆ। ਤੇ ਇਹ ਹੁਣ ਉਮਰ ਚ ਹੈ ਡੇਢ ਦੋ ਦੋ ਮਹੀਨੇ ਦੀ ਤਾਂ ਨਹੀਂ ਨੇ? ਇਹ ਤਕਰੀਬਨ 1 ਮਹੀਨਾ ਤੇ ਕੋਈ 13-14 ਦਿਨਾਂ ਦੇ ਹੋ ਗਏ। ਵਾਹ ਬਈ ਵਾਹ, ਤੁਹਾਡੀ ਸ਼ਾਮ ਠੀਕ ਹੈ ਜੀ? 1 ਮਹੀਨਾ ਦਾ, 1.5 ਮਹੀਨਾ ਹੋ ਗਿਆ, ਡੇਢ ਮਹੀਨੇ ਦੇ ਹਨ ਜੀ। ਲਓ ਜੀ ਇਹ ਛੋਟਾ ਜਿਹਾ ਸਾਡੀ ਛੋਟਾ ਜਿਹਾ ਵਲਾਗ ਸਾਡਾ ਜੀ, ਚੌਧਰੀ ਬਿਸ਼ਾਰਤ ਸਾਹਿਬ, ਚੌਧਰੀ ਜ਼ਿਆਰਤ ਸਾਹਿਬ ਜਨਾਬ ਆਪ ਵੱਲੋਂ ਡਡਿਆਲ ਆਜ਼ਾਦ ਕਸ਼ਮੀਰ ਜੀ, ਤੇ ਇਹ ਉਹਨਾਂ ਦਾ ਸ਼ੌਕ ਸ਼ਿਕਾਰ ਤੇ ਬਾਕੀ ਜਾਨਵਰ ਜਨਾਬ ਤੁਹਾਨੂੰ ਦਿਖਾਉਂਦੇ ਹਾਂ, ਬੜੇ ਬੜੇ ਟਾਪ ਦਾ ਸ਼ੌਕ ਸ਼ਿਕਾਰ ਇਹਨਾਂ ਦਾ, ਪਾਕਿਸਤਾਨ ਦੇ ਨਾਮਰ ਜਾਨਵਰ ਜਿਨ੍ਹਾਂ ਵਿੱਚ ਸਿੰਬਾ, ਦੂਸਰੇ ਦਾ ਕੀ ਨਾਂ ਹੈ? ਸਲੇਟਾ, ਬਬਲੀ, ਬਬਲੀ, ਸਲੇਟਾ, ਬੈਰੀ, ਬਲੈਕ ਬੈਰੀ, ਜੰਗੀ, ਜੰਗੀ, ਸਾਰੇ ਮਸ਼ਹੂਰ ਜਾਨਵਰ ਨੇ ਜੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ, ਵੀਡੀਓ ਨੂੰ ਐਂਡ ਤੱਕ ਦੇਖ ਲਓ ਜੀ। ਇਹਨਾਂ ਨੂੰ ਰੱਖੋ। ਅੱਛਾ, ਹੁਣ ਜਿਹੜਾ ਹੈ, ਹੁਣ ਕੁੱਤਾ ਕਿਹੜਾ ਕਰਨਾ ਹੈ? ਬੰਦ ਹੈ, ਕੈਮਰਾ ਮੈਂ ਬੰਦ ਕੀਤਾ ਜੀ। ਕਮਾਲ ਹੈ ਜੀ, ਇਹਨੂੰ ਹੀ ਪਕੜੋ ਜ਼ਰਾ। ਵਾਹ ਬਈ ਵਾਹ, ਲੈ ਜੀ ਇੱਕ ਬੱਚਾ ਆਊਟ ਕਲਾਸ ਜੀ, ਇਹ ਵੀ ਦੇਖੋ ਜ਼ਰਾ। ਇਹ ਤਕਰੀਬਨ ਇਹ ਵੀ ਉਮਰ ਤਕਰੀਬਨ 2 ਮਹੀਨੇ 2 ਮਹੀਨੇ ਦਾ। ਇਹ ਬੱਚਾ ਵੀ ਦੇਖੋ ਜਨਾਬ, ਇਹ ਵੀ ਬੜਾ ਆਊਟ ਕਲਾਸ ਬੱਚਾ ਜੀ, ਤੇ ਜਾਨਵਰ ਦਾ ਅਸੀਂ ਇਹ ਨਾਂ ਨਹੀਂ ਦੱਸ ਸਕਦੇ, ਜਾਨਵਰ ਦਾ ਬੱਚਾ ਜੀ, ਬਹਰਲ ਫੇਮਸ ਜਾਨਵਰ ਹੈ ਜੀ, ਸਟਾਰ ਜਾਨਵਰ ਹੈ। ਤੇ ਦੇਖੋ ਜ਼ਰਾ ਬਰੀਕੀਆਂ ਇਸਦੀਆਂ, ਔਰ ਇਸਦੀ ਲੰਬਾਈ ਦੇਖੋ, ਕਿਉਂ ਜੀ ਬਿਲਕੁਲ ਲੰਬਾਈ ਦੇਖੋ ਇਸਦੀ ਤੁਸੀਂ। ਵਾਹ ਬਈ ਵਾਹ, ਇਸ ਦਾ ਅਸੀਂ ਮਾਂ ਪਿਓ ਨਹੀਂ ਦੱਸਣਾ ਜੀ, ਕੋਈ ਵਜ੍ਹਾ ਹੈ, ਜਿਦਨ ਜਵਾਨ ਹੋਏਗਾ ਨਾ ਫਿਰ ਪਤਾ ਲੱਗ ਜਾਏਗਾ, ਜਦੋਂ ਲੜਸੀ ਉਦੋਂ ਜਦੋਂ ਲੜੇਗਾ ਜੀ ਫਿਰ ਦੱਸਾਂਗੇ ਜੀ। ਇਹ ਵੀ ਕੋਈ ਰਾਜ਼ ਦੀਆਂ ਗੱਲਾਂ ਹੁੰਦੀਆਂ ਨੇ ਜੀ, ਇਹ ਅਸੀਂ ਨਹੀਂ ਦੱਸ ਸਕਦੇ। ਤੇ ਬੜੀ ਖੂਬਸੂਰਤੀ ਹੈ ਜੀ ਇਹਦੀ ਵੀ, ਬੜੀ ਵੇਲ ਹੈ, ਬੜਾ ਹੈ, ਇਹ ਬੜੇ ਨਾਂ ਵਾਲੇ ਕੁੱਤੇ ਦਾ ਬੱਚਾ, ਆਮ ਕੁੱਤੇ ਦਾ ਨਹੀਂ ਹੈ, ਠੀਕ ਹੈ ਜੀ। ਇੱਥੇ ਚੈਂਪੀਅਨ ਕੁੱਤੇ ਤੋਂ ਇਲਾਵਾ ਦਾ ਇਹ ਬੱਚਾ ਨਹੀਂ ਹੈ, ਉਹ ਵੀ ਚੈਂਪੀਅਨ 10 ਲੱਖੀ ਦੇ ਨੇ, ਤੇ ਇਹ ਵੀ ਚੈਂਪੀਅਨ ਦਾ ਜਾਨ ਬੱਚਾ। ਲਓ ਜੀ ਇਹਦਾ ਨਾਂ ਕੀ ਰੱਖਿਆ ਜੀ? ਕੋਈ ਨਾਂ ਸ਼ਾਂ ਇਹਨਾਂ ਦੇ? ਨਾਂ ਕਜਲਾ ਰੱਖਿਆ ਜੀ। ਹਾਲੀ ਮੇਰਾ ਹਾਲੇ ਇੰਟਰੀ ਨਹੀਂ ਨਾ, ਕਜਲਾ ਦਾ ਨਾਂ ਕਜਲਾ ਹੋ ਗਿਆ, ਉਹ ਵਾਲੇ ਅਪਲਾਈਡ ਫਾਰ। ਅੱਛਾ, ਇਹ ਕਜਲ, ਇਹਨਾਂ ਦਾ ਨਾਂ ਜੀ ਕਜਲਾ, ਬੱਚਾ ਜੀ ਬੜੀ ਲਾਮ ਵਾਲਾ, ਤੇ ਉਹਦਾ ਕੀ ਨਾਂ ਚਿੱਟੇ ਦਾ? ਇਹਦਾ ਹਾਲੇ ਨਾ ਦੋ ਦਾ ਕੋਈ ਨਾਂ ਰੱਖਿਆ। ਅੱਛਾ, ਇਹਨਾਂ ਦਾ ਅਜੇ ਨਾਂ ਨਹੀਂ ਰੱਖਿਆ ਗਿਆ ਜੀ। ਵਾਹ ਬਾਈ ਵਾਹ, ਕਮਾਲ ਹੈ ਬਈ। ਬੜੀ ਬਰੀਕ ਜਿਲਦੇ ਜੀ ਹੈ, ਬੜੀ ਬਰੀਕ ਜਿਲਦੇ ਹੈ। ਸਰਵਨ ਕੈਸਦਾ ਸਾਡੇ ਦੋਸਤ ਹੈ ਰੈਸਵੇਲ ਜਿੰਦੇ ਕਾ। ਅੱਛਾ, ਨਾਂ ਸੁਣਿਆ? ਅੱਛਾ ਅੱਛਾ, ਓਏ ਅੱਛਾ, ਰਾਇਸਵੇਲ ਬੜਾ ਜਿਹੜਾ ਨਾ ਉਹਨਾਂ ਦੀ ਐ ਪਸੰਦ ਆ ਬੱਚਾ ਉਹਨਾਂ ਦੀ ਐ ਚਿੱਟਾ। ਵਾਹ ਬਾਬਾ, 10 ਲੱਖੀਆ ਬਲੱਡ ਦੇਣ, ਵੇਖੋ ਜੀ ਸ਼ਿਕਾਰੀਓ, ਸ਼ਿਕਾਰ ਦੇਖੋ, ਮਜ਼ਾ ਆਏਗਾ ਤੁਹਾਨੂੰ। ਵਾਹ ਬਈ ਵਾਹ, ਆਊਟ ਕਲਾਸ।
ਐਂਡ ਹੈ ਜੀ ਖੂਬਸੂਰਤੀ ਦਾ। ਇਹ ਤਕਰੀਬਨ ਡੇਢ ਮਹੀਨੇ ਦੇ ਨੇ, ਇਹ ਮਹੀਨੇ ਦੋ ਮਹੀਨੇ ਦਾ ਹੋ ਗਿਆ, ਇਹ ਦੋ ਮਹੀਨੇ ਦਾ ਹੋ ਗਿਆ। ਹਾਂ ਜੀ, ਇਸਦਾ ਜਿਹੜਾ ਨਾ ਤੁਸੀਂ ਸਟਾਈਲ ਵੇਖੋ ਨਾ ਮੂੰਹ ਦਾ, ਮੈਂ ਕਹਿ ਰਿਹਾ ਯਾਰ ਤੁਸੀਂ 10 ਲੱਖੀਆ ਕੈਸੋਗੇ ਚਿੱਟੇ ਦਾ। ਹਾਂ ਚਿੱਟੇ ਦਾ ਮੂੰਹ ਪਾ ਰਿਹਾ ਉਂਝ ਹੀ, ਉਹਦਾ ਵੀ ਉਂਝ ਹੀ ਹੋਣਾ ਹੈ, ਲੇਕਿਨ ਇਸ ਦਾ ਪਿਓ ਤੇ ਬਿਲਕੁਲ ਮੂੰਹ ਵੇਖੋ ਨਾ, ਉਸੇ ਤਰ੍ਹਾਂ ਪਾਰਾ ਮੂੰਹ ਪਿਓ ਆ ਰਿਹਾ, ਬਿਲਕੁਲ ਇਹਦਾ ਮੂੰਹ ਪਾਰਾ। ਬਾਕੀ ਹਾਂਜੀ ਬਣਨਾ ਉਸ ਵੀ ਠੀਕ ਪਾਰਾ ਬਣਨਾ, ਬਿਲਕੁਲ ਉਹ ਵੀ ਪਾਰਾ ਬਣਨਾ। ਲਓ ਜੀ ਵਾਹ ਜੀ ਵਾਹ, ਵੀਡੀਓ ਪਸੰਦ ਆਵੇ ਜਨਾਬ ਕਮੈਂਟ ਜ਼ਰੂਰ ਕਰਿਆ ਜੀ।